शेयर कर दूँ नोटिफिकेशन। हेलो, सलाम, नमस्ते, सत श्री अकाल। मैं हाँ थोड़ी होस्ट दोस्त मोनी गिल। सत श्री अकाल, नमस्कार, अस्सलाम वालेकुम। मैं हाँ कुलदीप गिल ते तुसी देख रहे हो जस्ट चिल विद मिस्टर एंड मिसेस गिल। नो जी, मिस्टर मिसेस गिल खुद तो चिल करते करते नहीं और थोड़ा भी चिल कराने हैं। मैंने एक कह कह के बड़ा मज़ा आता है क्योंकि एक तो मैं अपना जो स्लोगन है बोल सकती हूँ, जस्ट चिल विद मिस्टर और मिसेस गिल बट डोंट किल ईच अदर। सो एनीवेज, अज असी किल करन वाले हाँ बैड वाइफ्स नूं, अज किल करन वाले हाँ असी बोरियत नूं, अज किल करन करन वास्ते बड़ा सारा टाइम असी किल करांगे अज, और उहदे नाल नाल चिल भी करांगे ऑफकोर्स। और चिल असी किहदे नाल करांगे? चिल असी अज बड़े स्पैशल परसन नाल करांगे, ऑल द वे फ्रॉम मुंबई। इन्हां बारे खास गल कहूँगा कि मैं बचपन तो ना सुनया इन्हां दा, चिंटू सिंह दा बचपन तो ना सुनया हैगा, क्योंकि मेरे फादर साहब दी फैमिली तो भी बिलोंग करते ने गुरभाई इन्हां दे फादर ने, ते मैनूं मौका मिलिया कि इन्हां दे डैड नूं नाल वजाण दा। ते लेकिन मैं उस घर च उस दिन इस लालच नाल गया सीगा कि मैं चिंटू सिंह नूं मिलना चाहुंदा हैगा, लेकिन अनफॉर्चुनेटली उह रिकॉर्डिंग ते गए होए सी। सो फाइनली अज आफ्टर सो मेनी इयर्स आफ्टर मुंबई साडो अज अमेरिका च मैनूं मौका मिलिया कि अज असीं इन्हां नाल गल कर सकीए। क्या बात है, लॉन्ग कह लो लॉन्ग स्टोरी कुलदीप दी पुरानी असीं शेयर कर रहे हैं। सो नन अदर दैन सूफी सिंगर, बॉलीवुड इंस्ट्रूमेंटल प्लेयर, ਜਿਹੜਾ ਕਿ ਇਹਨਾਂ ਦੀ ਮੈਨੂੰ ਗਿਟਾਰ, ਆਮ ਆ ਹਿਊਜ ਫੈਨ ਆਫ ਹਿਸ ਗਿਟਾਰ। ਜਦੋਂ ਇਹਨਾਂ ਦੇ ਹੱਥ ਬੋਲਦੇ ਨੇ ਤਾਂ ਮੈਨੂੰ ਲੱਗਦਾ ਕਿਸੇ ਹੋਰ ਚੀਜ਼ ਦੀ ਬੋਲਣ ਦੀ ਲੋੜ ਹੀ ਨਹੀਂ ਹੈ। ਸੋ ਲਓ ਜੀ, ਸਵਾਗਤ ਕਰਦੇ ਹਾਂ ਔਰ ਕੈਮਰਾ 'ਤੇ ਪਾਉਂਦੇ ਹਾਂ ਚਿੰਟੂ ਸਿੰਘ ਜੀ ਨੂੰ। ਲੈਟਸ ਸੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ, ਆਦਾਬ। ਚਿੰਟੂ ਸਿੰਘ ਜੀ, ਮੈਂ ਨਾ ਤੁਹਾਡਾ ਬਚਪਨ ਤੋਂ ਫੈਨ ਆ, ਬਚਪਨ ਤੋਂ ਜਿਹਨੂੰ ਕਹੀਦਾ, ਮੇਰੇ ਬਚਪਨ ਦੀ ਗੱਲ। ਤੁਸੀਂ ਇੰਨੇ ਬਜ਼ੁਰਗ ਨਹੀਂ ਹੈਗੇ, ਯੂ ਆਰ ਯੰਗ ਟੂ। ਨਹੀਂ ਨਹੀਂ ਨਹੀਂ, ਆਰਟ ਦੇ ਮਾਮਲੇ 'ਚ ਯੈਸ, ਤੁਹਾਡੀ ਕੋਈ ਪਕੜ ਨਹੀਂ, ਤੁਹਾਡੀ ਕੋਈ ਪਕੜ ਹੀ ਨਹੀਂ ਹੈਗੀ ਆਰਟ ਦੇ ਮਾਮਲੇ 'ਚ, ਉਹ 'ਚ ਤੁਸੀਂ ਬਜ਼ੁਰਗ ਹੋ। ਰੀਜ਼ਨ ਇਸ ਕਰਕੇ ਤੁਹਾਡੇ ਫਾਦਰ ਸਾਹਿਬ ਸਰਦਾਰ ਮੋਹਿੰਦਰਜੀਤ ਸਿੰਘ ਜੀ ਅਤੇ ਮੇਰੇ ਫਾਦਰ ਸਾਹਿਬ ਗੁਰਭਾਈ ਸੀਗੇ, ਦੋਵਾਂ ਨੇ ਹੁਸਨ ਲਾਲ ਭਗਤ ਰਾਮ ਜੀ ਤੋਂ ਵਾਇਲਨ ਸਿੱਖੀ ਸੀ, ਅਤੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਸੀਗਾ, ਯਾਰੀ ਰੋਡ ਤੁਹਾਡਾ ਘਰ ਸੀਗਾ ਉਸ ਟਾਈਮ 'ਤੇ, ਅਤੇ ਮੈਂ ਛੋਟਾ ਜਿਹਾ ਸੀਗਾ, ਅਤੇ ਤੁਹਾਡੇ ਫਾਦਰ ਨਾਲ ਮੈਂ ਤਬਲਾ ਵਜਾਇਆ ਸੀ ਕਰੇ ਆ ਕੇ। ਲੇਕਿਨ ਲਾਲਚ ਮੈਂ ਅੱਜ ਦੱਸ ਰਿਹਾ, ਮੈਨੂੰ ਸੀਗਾ ਕਿ ਮੈਂ ਚਿੰਟੂ ਸਿੰਘ ਨੂੰ ਮਿਲਣਾ ਚਾਹੁੰਦਾ ਕਿ ਚਿੰਟੂ ਸਿੰਘ ਹੈ ਕੌਣ। ਲੇਕਿਨ ਅੱਜ ਦੇਖੋ, ਮੁੰਬਈ ਦਾ ਪੈਦਾ, ਮੁੰਬਈ ਦਾ ਪੜ੍ਹੇ ਲਿਖਿਆ, ਅੱਜ ਅਮੈਰੀਕਾ ਆ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਥੈਂਕ ਯੂ ਸੋ ਮਚ, ਤੁਸੀਂ ਯੂ ਵੈਲਕਮ। ਤੁਹਾਨੂੰ ਤੁਹਾਨੂੰ ਗੱਲ ਮੈਂ ਕਿ ਤੁਸੀਂ ਤੁਹਾਡੇ ਇੱਥੇ ਚੈਨਲ ਤੇ ਸਭ ਅੱਛੇ ਸੰਗਾਜ਼ ਆਏ ਨੇ, ਕੁਝ ਬਾਦ ਆਏ ਨੇ, ਉਹਨਾਂ ਦੇ ਬੱਚੇ ਆਏ ਨੇ। ਮੈਂ ਇੱਥੇ ਅਸੀਂ ਵੀ ਘਬਰਾ ਰਿਹਾ ਸੀ, ਮੈਂ ਤਾਂ ਸਿਰਫ ਹਾਜ਼ਰੀ ਦੇਣਾ ਚਾਹਿਆ ਮੈਂ। ਸਰ, ਘਬਰਾਉਣ ਦੀ ਕੀ ਲੋੜ ਹੈ, ਸਾਡੇ ਦੋਵਾਂ ਦੇ ਫਾਦਰ ਗੁਰਭਾਈ ਤੇ ਆਪਾਂ ਦੋਵੇਂ ਭਰਾ ਤੇ ਟੀਵੀ ਸਾਡਾ ਆਪਣਾ ਚੈਨਲ ਹੈ ਸਾਡਾ। ਮਾਈ ਮਤਲਬ ਮੇਰਾ, ਪੂਰੇ ਹੱਕ ਨਾਲ ਤੁਸੀਂ ਇੱਥੇ ਜੋ ਮਰਜ਼ੀ ਕਰੋ। ਤੇ ਬਿਲਕੁਲ, ਤੇ ਇਹ ਮੈਨੂੰ ਦੱਸੋ, ਹੁਣ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਇਹ ਹੱਥ ਦੇ ਵਿੱਚ ਤੁਸੀਂ ਬੜਾ ਖੂਬਸੂਰਤ ਜਿਹਾ ਇੱਕ ਸਾਜ਼ ਫੜਿਆ ਹੋਇਆ ਹੈ, ਇਹ ਨਾ ਗਿਟਾਰ ਹੈ ਤੇ ਨਾ ਇਹ ਰਬਾਬ ਹੈ, ਤੇ ਥੋੜਾ ਜਿਹਾ ਇਹਦੇ ਬਾਰੇ ਜ਼ਿਕਰ ਦੱਸੋ ਸਾਡੀ ਆਡੀਅੰਸ ਨੂੰ। ਅੱਛਾ, ਪਹਿਲਾਂ ਦੱਸੋਗੇ ਮੈਂ ਇਹ ਜਿਹੜਾ ਇੰਸਟਰੂਮੈਂਟ ਹੈ ਨਾ, ਇਹਦੇ ਸ਼ੁਤੀ ਦਾ ਇੰਸਟਰੂਮੈਂਟ ਹੈ, ਸ਼ੁਤੀ ਜੋ ਬੋਲਦੇ ਨੇ ਸ਼ੁਤੀ। ਹਾਂਜੀ ਹਾਂਜੀ, ਇਹ ਸਾਰ ਇੰਡੀਅਨ ਰਾਗ ਵਿੱਚ ਸਾਰੇ ਇਹ ਹੁੰਦਾ। ਹਾਂਜੀ ਹਾਂਜੀ, ਅਰੇ ਵੀ ਸਾਰੇ ਉਹਦੇ ਪਰ ਕੋਈ ਨਾ ਨੋਟਿਸ। ਰਾਈਟ ਰਾਈਟ ਰਾਈਟ, ਪਰ ਵੈਰੀ ਸਟਰੋਂਗ, ਅਰੇ ਵੈਰੀ ਗਾਇਕੀ ਦੇ ਨਾਲ ਬਰਾਬਰ ਜਾਂਦਾ ਹੈ ਇੰਸਟਰੂਮੈਂਟ। ਵਾਹ, ਪਰਫੈਕਟ ਹੈ ਤੁਸੀਂ ਪੜਿਆ ਇੰਸਟਰੂਮੈਂਟ। ਜਿਹੜੇ ਜਿਹੜੇ ਬਰਾਬਰ ਜਾਂਦੇ ਨੇ ਆਪਣੇ ਨਾਲ ਸਾਥੀ ਜਿਹੜੇ ਬੈਠੇ ਨੇ, ਉਹ ਵੀ ਇੰਟਰੋਡਿਊਸ ਕਰਾਓ ਥੋੜੇ ਜਿਹੇ। ਮੈਂ ਅਮਰੀਕਾ ਕੇ ਕੱਟੇ ਸੀਗੇ। ਬਹੁਤ
ਤੇ ਆ ਸਭ ਸੰਤੋਸ਼ ਜੀ ਨੇ ਹਾਂਜੀ ਜਿਨ੍ਹਾਂ ਸਟੂਡੀਓ ਬਹੁਤ ਅੱਛੇ ਇਸ ਮਿਊਜ਼ੀਸ਼ੀਅਨ ਹੈਗੇ ਨੇ ਬਹੁਤ ਅੱਛੇ ਕੀ ਬਾਤ ਹੈ ਸਰ ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਪਰ ਆਪ ਸਭ ਦਾ ਸਾਰਿਆਂ ਦਾ ਮਾਈ ਟੀਵੀ ਤੇ ਤਾਂ ਆਜ ਤੋਂ ਆਪ ਤੋਂ ਅਸਮੰਜਸ ਮੇ ਪੜ ਜਾਏਂਗੇ ਕਿਉਂਕਿ ਆਜ ਹਮਾਰੀ ਪੰਜਾਬੀ ਨਿਕਲੇਗੀ ਔਰ ਆਪਕੀ ਹਿੰਦੀ ਨਿਕਲੇਗੀ ਸਮਝ ਮੇ ਆ ਰਿਹਾ ਜੋ ਹਮ ਬੋਲ ਰਹੇ ਹੈ ਬਲੈਸ ਯੂ तो मैं कहा हमारी हमारी पंजाबी समझ में आ रही है आप सबको बिल्कुल बिल्कुल मैडम चलो अच्छी बात है दैट्स गुड और लो सर और साढ़े ना कुछ गेस्ट भी जुड़ गए ने ऑनलाइन बॉब सिंह जी सत श्री अकाल लिख रहे ने ते आमिर शेख तानु गुलाब भेज गुलाब दे फूल भेज रहे ने वैसे ही उन्होंने कपड़े भी आज बड़े सोने पाने रेड रेड मैं कहा आज ते काम बनेगा चिंटू जी बिफोर वी स्टार्ट कुलदीप ने मैनु एक हिंट दे दिया है शादी वादी हो गई है कि हले हले सिंगल हो मेरे बच्चे 26 साल मुंडे मेरी अपनी साड़ी अपनी 21 साल दी बेटी है नहीं मैं क्या आर्टिस्ट कदी आर्टिस्ट कदों कोई बुजुर्ग होता है आर्टिस्ट जवान ही रहता है सर बोलना नहीं सी क्योंकि मेरी वाइफ चैनल देख रही है इसे बोला मैं बोलना था नो जी हैप्पीली मैरिड ने वेरी गुड सर हुण ये दसो कि ना खूबसूरत साज तुसी अपने हाथ च फड़िया होया श्रुतियां वाला हुण ये दा दसो कि एक तो ये बारे दसो कि ये असीं कित्थे कित्थे सुन सुन सुनिया होएगा या इनू थोड़ा जिहा दसो कि इहदी साउंड किस तरह की है ये बारे थोड़ी दसो गलबात दसो ये बारे अच्छा अरेबिक सिंगर्स होंगे ना अरेबिक सिंगर्स वो यूज करते हैं या फिर कानून होता संतूर वर्गा या वो या फिर या उद या फिर एहसास ये ट्यूनिंग काफी बिखरी होती है ट्यूनिंग हालांकि उन्हें स्टाइल लगा वो या तो केरवानी या पहाड़ी इलाके जाते हैं या बजाते हैं उदेश तो मैं ये खुद कंपोज करके मैं एल्बम काफी कठिन है इधर इधर इंस्ट्रूमेंट ना क्या बात मैं चाहूंगा कि सॉन्ग जरा मैं इंस्ट्रूमेंट ना बजाऊंगा कम सुनाऊंगा प्लीज जरूर लो जी आज ये आगाज करो फिर शुरू करो सर Yeah.
ਇੱਦਾਂ ਲੱਗਿਆ ਮੈਨੂੰ ਜਿਵੇਂ ਕੀ ਕਹਿੰਦਾ ਉਹ ਜਿਹੜਾ ਅਫਗਾਨੀ ਮਿਊਜ਼ਿਕ ਹੁੰਦਾ ਉਹਨੂੰ ਤੁਸੀਂ ਚੱਕ ਕੇ ਤੁਸੀਂ ਉਹਨੂੰ ਰੀਮਿਕਸ ਕਰ ਲਈਦਾ ਯਾ ਹਬੀਬੀ। ਆਹ ਜਿਹੜੀ ਤੁਸੀਂ ਗੱਲ ਕੀਤੀ ਨਾ ਇੱਕ ਨੁਕਤੇ 'ਤੇ ਗੱਲ ਮੁੱਕਦੀ ਹੈ, ਬਹੁਤ ਸਹੀ ਕਿਹਾ। ਮੈਂ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦੇ ਨੇ। ਅੱਛਾ, ਕਿਉਂਕਿ ਗਾਣੇ 'ਚ ਬੀਬੀ ਬੀਬੀ ਕਹਿਣਦੇ ਨੇ ਯਾ ਬੀਬੀ। ਇਸ ਤੋਂ ਵਧੀਆ ਕੋਈ ਕੰਮ ਨਹੀਂ ਸਰ। ਟੀਵੀ ਚੈਨਲ ਦਾ ਆਪਣੀ ਬੀਵੀ ਦੀ ਤਾਰੀਫ ਕਰਨ ਤੋਂ ਅੱਛਾ ਕੋਈ ਕੰਮ ਨਹੀਂ ਹੈਗਾ। ਲੋ ਜੀ, ਤੁਸੀਂ ਪਹਿਲਾਂ ਪ੍ਰੋਗਰਾਮ ਦਾ ਸ਼ੁਰੂਆਤ ਹੀ ਤੁਸੀਂ ਯਾ ਬੀਬੀ ਤੋਂ ਕਰ ਲਿੱਤੀ। ਆਪਾਂ ਫੈਮਿਲੀ ਆ ਤਾਂ ਅੱਜ ਹਾਸਾ ਮਖੌਲ ਵੀ ਹੈਗਾ ਤਾਂ ਮਿਊਜ਼ਿਕ ਵੀ ਚੱਲੇਗਾ। ਬਹੁਤ ਹੀ ਫਾਈਨ ਇੰਸਟਰੂਮੈਂਟ ਹੈ, ਮੈਂ ਬਹੁਤ ਰੇਅਰ ਸੁਣਿਆ। ਅੱਗੋਂ ਤਾਂ ਗਿਟਾਰ ਅੱਗੇ ਲੱਗਦਾ, ਲੇਕਿਨ ਜਦੋਂ ਤੁਸੀਂ ਘੁੰਮਾਉਂਦੇ ਹੋ ਤਾਂ ਥੋੜ੍ਹਾ ਗੁੰਬਜ ਦਿਆ ਥੱਲੇ ਹੈਗਾ, ਔਰ ਇਹਦੇ ਸਾਊਂਡ ਟੈਕਸਚਰ ਜਿਹੜਾ ਬਹੁਤ ਹੀ ਡਿਫਰੈਂਟ ਹੈਗਾ। ਡਿਫਰੈਂਟ ਹੈ ਸਾਊਂਡ ਟੈਕਸਚਰ ਅਰਬੀ, ਵਾਕਈ ਅਰਬੀ। ਖਾਸ ਕਰਕੇ ਕੁੜਤਾ ਵੀ ਤੁਸੀਂ ਉਹੋ ਜਿਹਾ ਪਾਇਆ ਤਾਂ ਮੈਨੂੰ ਐਂ ਲੱਗਿਆ ਕਿ ਵਾਕਈ ਮੈਂ ਉੱਥੇ ਪਹੁੰਚ ਗਿਆ, ਯੂ ਨੋ, ਉਹਨਾਂ ਦੇਸ਼ਾਂ ਦੇ ਵਿੱਚ। ਅਤੇ ਵੈਸੇ ਇਹ ਇੰਸਟਰੂਮੈਂਟ ਹੋਰ ਸਾਡੀ ਜਿਹੜੀ ਇੰਡੀਅਨ ਆਡੀਅੰਸ ਹੈ ਉਹਨਾਂ ਨੇ ਕਿਤੇ ਹੋਰ ਸੁਣਿਆ ਹੋਏਗਾ, ਲਾਈਕ ਕੋਈ ਕਿਸੇ ਸੀਰੀਅਲ ਦੇ ਵਿੱਚ ਵੱਜਦਾ, ਕੋਈ ਹੋਰ ਥੋੜ੍ਹਾ ਜਿਹਾ ਦੱਸੋ ਇਹਦੇ ਬਾਰੇ ਜਿਹੜਾ ਬੜਾ ਜ਼ਿਆਦਾ ਯੂਜ਼ ਹੁੰਦਾ ਨਹੀਂ, ਇੰਸਟਰੂਮੈਂਟ ਬਹੁਤ ਘੱਟ ਯੂਜ਼ ਹੁੰਦਾ ਹੈ ਜਾਂ ਫਿਰ ਯੂਜ਼ ਕਰਦੇ ਨੇ। ਅੱਛਾ, ਇਸ ਵਾਸਤੇ ਕਰਦੇ ਨੇ। ਇਹਦੇ ਨੋਟਸ ਸਾਰੇ ਡਿਫਰੈਂਟ ਹੈਗੇ ਨੇ, ਮਤਲਬ ਕੋਈ ਇੱਥੇ ਇਡਿੰਗ ਸੌਂਗਸ ਜਾਂਦੇ ਨਹੀਂ ਉਹ। ਓਕੇ, ਪਿੱਛੇ ਜੇ ਅਸੀਂ ਜਦੋਂ ਆਪਾਂ ਸਾਊਂਡ ਟਿਕਟ ਟੈਸਟ ਕਰ ਰਹੇ ਸੀ, ਉਹ 'ਚ ਤੁਸੀਂ ਇੱਕ ਬੜਾ ਅੱਛਾ ਸੀਰੀਅਲ ਦਾ ਨਾਮ ਲਿਆ ਸੀ ਕਿ ਉਹਦੇ ਵਿੱਚ ਇਸ ਤਰ੍ਹਾਂ ਦਾ ਇਹ ਵੱਜਿਆ, ਕਿ ਉਹ ਬਹੁਤ ਜ਼ਿਆਦਾ ਫੇਮਸ ਅਰਥਗੁਲ। ਅਰਥਗੁਲ, ਲਓ ਜੀ, ਸਾਡੇ ਨਾਲ ਮੇਰੇ ਖਿਆਲ ਨਾਲ ਸੀਰੀਅਲ ਉਹ ਕਾਫੀ ਫੇਮਸ ਹੈ। ਤੇ ਉਹਦੇ 'ਚ ਕੀ ਪੀਸ ਵੱਜਿਆ ਸੀ ਐਗਜ਼ੈਕਟਲੀ, ਮਤਲਬ ਕਿਸ ਤਰ੍ਹਾਂ ਦਾ ਕੀ ਵੱਜਿਆ ਉਹਦੇ 'ਚ, ਸੁਣਾਓ ਥੋੜ੍ਹਾ ਜਿਹਾ। ਵਾ
वाह जी वाह, हूँ इन्नी क्लीयर आवाज सुनाई दिती, वाह वाह क्या बात है, और क्या खूबसूरत, कदे सोच भी नहीं सकते कि श्रुति दे नाल भी इन्ना खूबसूरत साज वज सकता है। वेरी नाइस वेरी नाइस। आमिर शेख लिख रहे हैं सुभान अल्लाह बहुत वधिया शूरत सरौत। दिलशाद साबरी लिख रहे हैं वाह, दिलशाद साबरी क्या कह रहे हैं। हरनूर डॉली दीदी दिल्ली तो, गुड इवनिंग टू एवरी वन, अमेजिंग आर्टिस्ट, ए गुड फ्रेंड ऑफ माई ब्रदर बॉबी जुटला फ्रॉम लंडन। अरे वाह क्या बात है दीदी, तुसी किनो किनो नहीं जानदे दीदी ते आपां ना कोई रब तो अलग ही कोई रिश्ता बना के आए। डॉली दीदी ना आर्टिस्टां दी रामदेव है मतलब हर दवाई का इलाज है उनके पास। ते इरशाद साबरी वाचिंग, इरशाद तेरा कोई कमेंट नहीं आया। आमिर शेख लिख रहे हैं वेरी डिफरेंट ट्यून टू स्ट्रिंग्स ऑफ स्ट्रिंग्स एंड क्या बात है जी बहुत खूब। चिंटू जी तुसी गिटार दी जर्नी बचपन चो कदों शुरू कीती सी या केड़े इंस्ट्रूमेंट दी? केड़े इंस्ट्रूमेंट की मैं शुरू कीता सी? अच्छा मैं डैडी को सीता मैंने सॉरी वायलिन सीता सी पहले। अच्छा तो मैं 5 महीने से क्या नोकल मैं तो फिर एक बार मैंने वो भाई होना दी वो मारे उसको बोला मारे वो दी ना पता सर मैं भी खा दी तो मैं तो परेशान आ गया वाला इतने मार होते स्कूल दी खावा उदी लकड़ी दी टीचर नाल और कार दी वो पे तो मैं बोला ऐसा इंस्ट्रूमेंट पढ़ना डैडी को पता नहीं तो मैं कितना फिर डैडी ने बोला थोड़े थे सिटी के चाहते हैं गुरदीप जी गुरदीप सिंह जी उन्होंने मैं गिटार सीखना होगा डैडी को तो अच्छा हो गिटार तो किया उल्टा हो गया तो गिटार शुरू की थी मैं तो जब डैडी कंपोज करते से बोला कि बैंड में ਜਿਹੜੀ ਜਦੋਂ ਕੰਪੋਜ਼ ਕਰਦੇ ਸੀ ਤਾਂ ਮੈਨੂੰ ਕਹਿੰਦੇ ਸੀ ਤੁਸੀਂ ਆ ਕੇ ਤੁਹਾਡੀ ਬੈਠ ਮੈਂ ਨਾਲ ਕੋਡ ਹੋ ਜਾ ਨਾਲ ਬੈਠ ਕੇ ਤੋ ਐਸੇ ਕਾਫੀ ਸਿੱਖਿਆ ਉਹਨਾਂ ਕੋਲ ਬੈਠ ਕੇ ਨਾ ਮੈਂ ਅੱਛੀ ਗੱਲ ਹੈ ਫਿਰ ਉਸ ਤੋਂ ਮਤਲਬ ਤੁਹਾਡੀ ਜਰਨੀ ਵਾਇਲਨ ਤੋਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਹੋਰ ਕਿਹੜੇ ਕਿਹੜੇ ਇਨਸਟਰੂਮੈਂਟ ਸਿੱਖੇ ਹਾਂ ਵਾਇਲਨ ਦੇ ਬਾਅਦ ਮੈਂ ਸਿੱਖਿਆ ਮੈਲਿਨ ਸਿੱਖੀ ਫਿਰ ਗਿਟਾਰ ਸਿੱਖੀ ਮੈਂ ਤੇ ਪਿਆਨੋ ਸਿੱਖਿਆ ਥੋੜਾ ਵਾਹ ਤੇ ਕਾਲਜ ਵਿਆਨਾ ਸਿੱਖਿਆ ओके तो फिर गायकी ਵਿੱਚ ਕਿੱਦਾਂ ਸ਼ਾਮਿਲ ਹੋਈ ਕਿਉਂਕਿ ਮੈਂ ਹੁਣ ਦੇਖਦੀ ਹਾਂ ਤੁਹਾਨੂੰ ਤੁਸੀਂ ਅੱਜ ਕੱਲ ਗਾਣ ਦੇ ਵੀ ਬੜੇ ਸ਼ੌਕੀਨ ਹੋ ਨਹੀਂ ਨਹੀਂ ਸ਼ੌਕੀਨ ਨਹੀਂ ਮਤਲਬ ਸਿੰਗਰਾਂ ਨੇ ਸਿੰਗਰ ਬਣਾਇਆ ਤਾਂ ਆ ਵੈਸੇ ਇੱਕ ਕਹਾਵਤ ਜ਼ਰੂਰ ਸੁਣੀ ਹੈ ਕਿ ਜਿਹੜੇ ਮਿਊਜ਼ੀਸ਼ੀਅਨ ਨੇ ਨਾ ਉਹ ਅੱਧੇ ਸਿੰਗਰ ਬਣ ਹੀ ਜਾਂਦੇ ਨੇ ਉਸ ਜਦੋਂ ਕੁਝ ਤਾਂ ਕੁਝ ਵਜ੍ਹਾ ਹੁੰਦੀ ਹੈ ਜਿਹੜਾ ਬੰਦਾ ਸਿੰਗਰ ਬਣ ਜਾਂਦਾ ਹੈ ਜਾਂ ਜੋ ਵੀ ਹੁੰਦਾ ਤੁਸੀਂ ਦੇਖੋ ਕਿੰਨੇ ਵੀ ਤੇ ਸਿੰਗਰਸ ਬਣੇ ਨੇ ਪਰ ਅੱਛੇ ਮਿਊਜ਼ੀਸ਼ੀਅਨ ਵੀ ਰਹਿ ਚੁੱਕੇ ਨੇ ਬਿਲਕੁਲ ਗੱਲ ਸਹੀ ਉਹ ਤੁਸੀਂ ਇਹ ਜ਼ਰੂਰੀ ਨਹੀਂ ਕਿ ਮੈਂ ਤਿਆਰੀ ਗਾਣੀ ਹੈ ਜਿੰਨਾ ਮੈਂ ਕੰਫਰਟੇਬਲ ਹੈਗਾ ਜਿੰਨਾ ਮੈਂ ਕਰ ਸਕਦਾ ਉਹਨਾਂ ਹੀ ਗਾਵਾਂਗਾ ਮੈਂ ਜਿੰਨਾ ਮੈਂ ਕੰਪੋਜ਼ ਕਰ ਸਕਦਾ ਹਾਂ ਉਹਨਾਂ ਗਾਣਾ ਮੈਂ ਯਾ ਮਤਲਬ ਜਿੰਨਾ ਆਉਂਦਾ ਉਹਨਾਂ ਕ ਗਾਓ ਆਪਣੇ ਵੱਧ ਨਾ ਗਾਓ ਜੇ ਨਹੀਂ ਆਉਂਦਾ ਸੋ ਦੈਟਸ ਆਲਸੋ ਵੈਰੀ ਗੁੱਡ ਬਹੁਤ ਅੱਛੀ ਗੱਲ ਕਹੀ ਹੈ ਤੁਸੀਂ ਇਹ ਕਿਉਂਕਿ ਅਸੀਂ ਅੱਜ ਕੱਲ੍ਹ ਈਵਨ ਕਿ ਵੱਡੇ ਵੱਡੇ ਸਿੰਗਰ ਵੀ ਬੜੇ ਐਸੇ ਦੇਖਦੇ ਉਹਨਾਂ ਦੇ ਅੱਗੋਂ ਬੱਚੇ ਜਾਂ ਅੱਗੋਂ ਉਹਨਾਂ ਦੇ ਸ਼ਗਿਰਦ ਕਹਿ ਲਓ ਕਿ ਉਸ ਉਹਨਾਂ ਨੂੰ ਲੱਗਦਾ ਕਿ ਅਸੀਂ ਫਲਾਂ ਉਸਤਾਦ ਤੋਂ ਸਿੱਖ ਲਿਆ ਅਤੇ ਅਸੀਂ ਨਾ ਹੁਣ ਆਹ ਵੀ ਗਾ ਦਈਏ ਆਹ ਵੀ ਗਾ ਦਈਏ ਅਤੇ ਆਹ ਵੀ ਗਾ ਦਈਏ ਉਹਦੇ ਵਿੱਚ ਵਿਚਾਰੇ ਰਹਿ ਜਾਂਦੇ ਆ ਸੋ ਐਟਲੀਸਟ ਆਪਣੀ ਕੇਪੇਬਿਲਿਟੀ ਪਤਾ ਹੋਣੀ ਚਾਹੀਦੀ ਹੈ ਕਿ ਮੈਂ ਕੀ ਗਾ ਸਕਦਾ ਮੇਰੀ ਆਵਾਜ਼ ਕੀ ਹੈ ਇਹ ਸਭ ਤੋਂ ਪਲੱਸ ਪੁਆਇੰਟ ਹੈ ਕਿਸੇ ਵੀ ਸਿੰਗਰ ਦਾ ਕਿਸੇ ਵੀ ਆਰਟਿਸਟ ਦਾ ਅਤੇ ਇਹ ਬੜੀ ਅੱਛੀ ਗੱਲ ਕੀਤੀ ਹੈ ਕਿ ਜੋ ਆਉਂਦਾ ਉਹਦੇ ਵਿੱਚ ਉਹੀ ਗਾਓ ਉਹਦੇ ਵਿੱਚ ਮਹਾਰਤ ਹਾਸਲ ਕਰੋ ਜੋ ਆਉਂਦਾ ਔਰ ਅੱਛਾ ਜੀ ਚਿੰਟੂ ਜੀ ਫਿਰ ਉਹ ਕਰਦੇ ਕਰਦੇ ਤੁਸੀਂ ਵਿੱਚ ਸ਼ਾਦੀ ਕਦੋਂ ਕੀਤੀ ਫਿਰ 30 ਸਾਲ ਹੋ ਗਏ ਬਸ ਵਾਈਫ ਵੀ ਮਿਊਜ਼ੀਸ਼ੀਅਨ ਨੇ ਆਈ ਮੀਨ ਉਹ ਵੀ ਗਾਣਾ ਵਜਾਣਾ ਕਰਦੇ ਨੇ ਜਾਂ ਨਹੀਂ ਸਪੋਰਟ ਉਹਦੇ ਡਾਕਟਰ ਦੀ ਫੈਮਿਲੀ ਸੇ ਕਰੀ ਅਰੇ ਵਾਹ ਓਕੇ ਤੇ ਫਿਰ ਐਡਜਸਟਮੈਂਟ ਕਿਵੇਂ ਹੋ ਗਈ ਸਰ ਚਿੰਟੂ ਸਿੰਘ ਸੀ ਨੇ ਜਿਹੜੇ ਕਿ ਗਿਟਾਰ ਟਿਊਨ ਕਰਦੇ ਨੇ ਕੁੰਡਲੀ ਕਿਉਂ ਨਹੀਂ ਟਿਊਨ ਕਰ ਸਕਦੇ ਸਹੀ ਗੱਲ ਸਹੀ ਸਹੀ ਬਾਤ ਪਕੜੇ ਹੈ ਆਪ ਮੈਂ ਤੁਹਾਡੀ ਪਿਕਚਰ ਦੇਖੀ ਸੀ ਉਹ 'ਚ ਤੁਸੀਂ ਸਿਰ 'ਤੇ ਜੂੜਾ ਸੀਗਾ ਅਤੇ ਅੱਗੇ ਗੁਲਜ਼ਾਰ ਸਾਹਿਬ ਸੀਗੇ ਤੁਸੀਂ ਬਹੁਤ ਯੰਗ ਸੀਗੇ ਤਦੋਂ
हाँ वो मेरा पहला एल्बम सी सीबीएस तो रिलीज हुआ सी काफी टाइम पहले, तो अरे सीबीएस कंपनी जरिए वो कह रही सी कि तुम तो फिल्म गाने करो, तो मैं थोड़ा ट्रिब्यूट तो खिलाफ हूँ आज भी, ट्रिब्यूट कर देना उसके गाने जैसे हाँ अपने जी कुछ इसलिए गाने बजाने एल्बम में या कुछ नहीं है, तो मैं कोशिश मेरी आई सी कि मैं अपना कुछ करना पड़ा, तो फिर मैं कंपनी ने बड़ा क्या कि नहीं ऐसे रिलीज नहीं कर सकते, तो ना फिर सीबीएस से कोई बाहरों कोई ग्रुप आया सी उन्होंने फिर लॉन्च किया, तो ऐसे सीबीएस के मालिक लगे थे आर्य पंडित, उन्होंने सुना सुनाया उन्हें लड़का बड़ा चक्का मार रहे थे, तो फॉरनर ने सुना सुनाया फॉरनर ने, तो आर्य पंडित ने बोला लड़का बड़ा चक्का मार रहा है देखो सुना की बजाया है, तो फॉरनर ने क्या इतनी उम्र कितनी है बोला 16 साल, उन्हें तो बहुत अच्छा बजाया 16 साल के सामने, तो उसके बाद उन्होंने फिर मैं एल्बम रिलीज किया, तो फिर उन्होंने फिर गुलजार साहब बुला के और रिलीज किया। क्या बात है वाह सर, जी ए 16 साल की उम्र ली और एडे तोड़े वडे ली सर तोड़ी आर्टिस्ट अचीवमेंट ली। वास्ते। गुलजार साहब का नाम ही लेना बड़ी ऑनर दी गल है, उन्होंने नाल खड़े होना तो बहुत ही डिफरेंट थिंग है। और चिंटू जी मैं थोड़ा जो कम मतलब ऑफ कोर्स आई डू फॉलो गुड म्यूजिक फेसबुक ते अच्छे अच्छे मेरा मैनू क्योंकि पसंद ही वो चीज़ है म्यूजिक ते, लेकिन मैं जो तुहानू लेटली तुहानू वेख्या ना जिहड़ा प्रोग्राम कंपटीशन आंदा है इंडिया की इंडियन आइडल इंडियन आइडल, अच्छा हाँ इंडियन ते हाँ जी हाँ ओदे विच जो तुसी वजाया ओ माय गॉड सर, ओदे लई इट्स अ ह्यूज प्लेटफॉर्म क्योंकि जेड़ा तुसी देश विदेश च करोड़ों लोग देख रहे ने और ओदे च अपना आर्ट विखाना और आर्ट भी क्या बात वजाना, और ओदे च मैनू लग्या कि एक बड़ा ही जबरदस्त आर्टिस्ट है क्योंकि इस एडे वड्डे प्लेटफॉर्म तो जाके तुसी फिर भी स्टिल हम्बल अच मतलब सुभा दे बड़े सॉफ्ट और हम्बल नूं पंजाबी च की कहांगे नम्रता वाले नम्रता डाउन टू अर्थ डाउन टू अर्थ मतलब नम्रता वाले आर्टिस्ट हो, जी, सो ओदे लिए इन्हां दी बीवी नूं पुछना पएगा। हाँ नम्रता है कि नहीं पहले मैं काफी गल्लां करदा सी पहला मैं शादी तो पहला उसके और बाद बंद मैं कराती गल्लां हूँ खत्म मैं मेरा उल्टा काम होया सर। ब्याह तो बाद बोलना शुरू मैं करवाया पहले घट बोलदा सी, जद दे इहनूं मिलिया मैं बहुता बोलन लग पिया अच्छा जिस मेरी उम्र बढ़ रही है ना मेरी वॉइस मेरी वाइफ तो वॉल्यूम बढ़ता जा रहा है वाहिगुरु या वाकई गल सही है ते मैं तुसी ना बड़े वर्सटाइल आर्टिस्ट नाल वजाया हैगा, जगजीत सिंह जी नाल भी तुसी बहुत चिर रहे हो करेक्ट। हाँ जी जी जैसे में कि डैडी की रिकॉर्डिंग सी पिक्चर सी अपना आई सी पुत जट्टा दे धर्मेंद्र जी अपना शत्रुघ्न सिन्हा जी से अगे सी काफी चली सी पिक्चर, तो हालांकि उस प्रॉब्लम ना लोग ना नहीं दे सके डैडी दा, तो वो रिकॉर्डिंग चल रही थी तो जगजीत जी ऐसी स्कूल लेने से आए थे, तो उन्होंने देखा कि थोड़ा यंग हुंदा है, तो उसके बाद उन्होंने खासा बारिश मिले एक बार, फिर उन्हें तो कोई म्यूजिशियन चला गया सीखते थे ग्रुप छोड़ी था सीन ने, उन्होंने मन चाचा जी ने कहा कि मुंडे उन्हें लेके आओ नाल, तो मैं उसे गया फिर उन्होंने कहा कि मेरा तू ज्वाइन कर ले ग्रुप मेरा, तो उन्होंने काफी मैं दुनिया घूमी काफी उन्होंने उसके बाद में काफी काफी आर्टिस्ट में आया मैं परेश मेहंदी जी मेरे सिंह खान साहब जितने भी उस्ताद सी जगह यस वाह वाह उन्होंने कोई सिंगर क्या छोड़ा नहीं पुराना जन भी बात कोई अमिताभ बच्चन जी कोई भी है पहला खानम जी जितने भी हैं क्या बात है सर, सब आर्टिस्ट हुण गाने तो गल याद आई है ते हुण तुसी इंस्ट्रूमेंट ए हाथ च फड़िया होया, पहला तो मैनूं इहदा नाम दसो, नाम बड़ा औखा ज्यादा, इंस्ट्रूमेंट दा नाम दसो कि जिहड़ा हाथ च फड़िया इधर इतना है साज साज SAZ साज 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 वाह हाँ अच्छा एस वाह ए नाम ए ही जेड साज है ते इस साज दा ये नाम ही साज का साज प्रोड्यूसर है इस्तांबुल था तो अच्छा बसता था इस्तांबुल ईरान क्वाजिस्तान उस जगह पे बसता था। ओके तो ठीक है, हुण असीं गल्लां दा सिलसिला इसी तरीके नाल जारी रखांगे, ऑन एंड ऑफ करदे रहांगे गल्लां बातां, हुण दसो कि तुसीं की सुनाना चाहोगे, इसी इंस्ट्रूमेंट नाल सुनाना चाहोगे किसी होर नाल, या दसो की दस होर की सुनाना चाहोगे ऑडियंस नूं। मैं थोड़ा सूफी सुनाना एक सूफी सुनाना चाहूंगा जो ट्रेडिशनल है, मैं ठीक है सुनाना चाहूंगा कि खाली एक गाय एक ऑक्टिव गाय एक ही ऑक्टिव है तो लोगों ने किस तरह कंपोज किया है, एक तेज ओके एक भजन है एक सूफी है पर एक फिल्म सॉन्ग है ऑक्टिव ओके एक ही है ओके ठीक है पर देखो कितना भला है सुर तो वही है एक सारे गाँव पता नहीं सर वही सुर है ठीक है क्या बात सुनाना चाहूंगा ठीक है जी। जी
गो फॉर इट और मेन टाइम जो है ऑडियंस के कुछ मैसेज है पढ़ना चाहोगे हरनोट दीदी डॉली दीदी लिख ले हर्ड इम प्लेइंग विद लेजेंडरी जगजीत सिंह जी यस मैं भी सुने आमिर शेख वेरी डिफरेंट ट्यून टू स्ट्रिंग वैसे स्ट्रिंग की सूरत सिंध तो कोई सी अच्छा जी थैंक यू सर आमिर शेख क्या बात है बहुत खूब एजाज हुसैन बहुत खूब और असं भी कोशिश करा कि जिम्मे ऑडियंस या कई बार आर्टिस्ट सू कोई चीज़ दसदा है तो असं कोई गूगल नहीं इतने बैठे हुए कि असं इन्ने ज्ञानी बैठे हैं कि साढ़े इन्फॉर्मेशन पाओ तो कड़क कड़क करके बाहर आ जाए सो कई बार कई लोग लिख देंगे दे आप रिसर्च करें तो रिसर्च करने वास्ते भाई गूगल बिठाया इन्ने पैसे ला के रिसर्च तुसी करो असं तो तुम चिल कराने वास्ते आने लो जी पाइए अरे वाह क्या बात है अच्युतम केशवम कृष्णतामोदरम अच्युतम केशवम कृष्णतामोदरम राम नारायण जानकी वल्लभम अच्युतम केशवम कृष्णतामोदरम राम नारायण जानकी वल्लभम कौन कहता है भगवान कौन कहता है भगवान तुम मेरा के जैसे तुम मेरा के जैसे अच्युतम केशवम कृष्ण दामोदरम अच्युतम केशवम कृष्ण दामोदरम राम नारायण कौन कहता है भगवान कौन कहता है भगवान Thank you.
वाह जी, पहली गल तो गाने वाकई बड़े खूबसूरत विच फिट किए तुसी, भजन एंड दैन उस तो बाद सूफी, उस तो बाद फिल्मी सोंग। तो सर इदा हो सकता एक माइक्रोफोन असी होर तुहाडे कोल नेड़े रखती आवाज थोड़ी घट आ रही है, जो इंस्ट्रूमेंट दे के जो बजा रहे ना छन छना जहा, सॉरी की साउंड, वो माइक हटा दो उतो क्योंकि वो साउंड बहुत आ रही है आला आ जरा अगे पे, और अपने अपने ਤੁਸੀਂ ਜਾਂ ਤੇ ਹਾਰਮੋਨੀਅਮ ਕੋ ਲਾ ਲਓ ਇਹਨੂੰ ਜਾਂ ਫਿਰ ਆਪਣੇ ਫੇਸ ਕੋਲ ਇੱਕ ਹੋਰ ਮਾਈਕ ਲਓ, ਤੁਸੀਂ ਜਦੋਂ ਅੱਗੇ ਪਿੱਛੇ ਜਾਂਦੇ ਹੋ ਨਾ ਤੁਹਾਡੀ ਆਵਾਜ਼ ਆਵਾਜ਼ ਕੱਟ ਜਾਂਦੀ ਹੈ। ਮਿਸਟਰ ਗੈਰ ਪੂਰੇ ਐਕਸ਼ਨ ਚ ਆਏ ਨੇ ਅੱਜ, ਨਹੀਂ ਨਹੀਂ ਆਉਣੇ ਰਹਿਣ ਤੋਂ ਪਾਵੇਂ ਬਚਾ, ਗਿਟਾਰ ਵਾਲੇ ਕੋਲ ਪਾਵੇਂ ਦੂਰ ਥੋੜਾ ਕਰ ਦੋ, ਤੁਹਾਡੇ ਨਾ ਕਿਉਂਕਿ ਆਵਾਜ਼ ਕਦੀ ਆ ਰਹੀ ਹੈ ਕਦੀ ਜਾ ਰਹੀ ਹੈ, ਜਿੱਦਾਂ ਤੁਸੀਂ ਮੂਵ ਹਿਲਦੇ ਹੋ ਨਾ ਤੇ ਆਵਾਜ਼ ਅੱਗੇ ਪਿੱਛੇ ਹੋ ਜਾਂਦੀ ਹੈ, ਤੇ ਜਦ ਤੱਕ ਅਸੀਂ ਉਹ ਸੈੱਟ ਕਰਦੇ ਹਾਂ ਤੇ ਮਿਸਟਰ ਗਿੱਲ ਨੂੰ ਅਸੀਂ, ਕਿਸੇ ਨੇ ਬਹੁਤ ਜ਼ਿਆਦਾ ਫੁੱਲ ਪੱਤੇ ਭੇਜੇ, ਸਾਰੇ ਗੁਲਾਬ ਕੇ ਫੁੱਲ ਕਿਸੇ ਨੇ ਭੇਜੇ ਹੈ ਫੇਸਬੁੱਕ ਪਰ, ਅਰੇ ਸਰ ਕੀ ਬਾਤ ਹੈ, ਲਿਖ ਤੋ ਦੋ ਕਿਨ ਕੇ ਲਈ ਭੇਜੇ, ਸਕਰੀਨ ਦਿਖਾਈ, ਗੁਲਾਮ ਅਕਬਰ ਜੀ ਲਿਖਦੇ, ਬੜੇ ਸਾਰੇ ਗੁਲਾਬ ਦੇ ਫੁੱਲ ਭੇਜ ਰਹੇ ਨੇ ਔਰ ਦਿਲ ਭੇਜੇ ਨੇ, ਹਾਲਾਂਕਿ ਵੈਲੰਟਾਈਨ ਹਲੇ ਆਇਆ ਨਹੀਂ, ਅਭੀ ਥੋੜ੍ਹੇ ਸੇ ਦਿਨ ਬਾਕੀ ਹੈ ਵੈਲੰਟਾਈਨ ਕੋ। ਥੱਲੇ ਮਾਈਕ ਪੈ, ਹਾਂਜੀ ਚਿੰਟੂ ਜੀ, ਮੇਰੇ ਖਿਆਲ ਨਾਲ ਜਿਹੜਾ ਮਾਈਕ ਜਿਹੜਾ ਬਲੈਕ ਕਲਰ ਦਾ ਮਾਈਕ ਹੈ ਨਾ, ਮੈਨੂੰ ਲੱਗਦਾ ਸ਼ਾਇਦ ਉਹਦੀ ਆਵਾਜ਼ ਕਲੀਅਰ ਤੇ ਨਹੀਂ ਜਿਹੜਾ ਥੱਲੇ ਪਿਆ ਤੁਹਾਡੇ ਕੋਲੇ, ਜਿਸ ਤੇ ਵੀ ਕਿ ਗਲਤੀ ਨਾਲ ਮਾਈਕ ਆਨ ਰਹਿ ਗਿਆ। ਅੱਛਾ, ਸ਼ਾਇਦ ਹੁੰਦਾ ਨਾ, ਓਕੇ, ਅਤੇ ਨਾ ਸਾਜ਼ ਵਜਾ ਰਹੇ ਸੀ ਨਾ, ਹਾਂਜੀ, ਤੋਂ ਮਾਈਕ ਉੱਥੇ ਨਾ ਚਲਾ ਗਿਆ ਉੱਥੇ, ਨੋ ਪ੍ਰੋਬਲਮ, ਪਰ ਮੈਂ ਕਹਿ ਰਹੀ ਹਾਂ ਕਿ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਨਾ, ਇਹਨੂੰ ਹਾਰਮੋਨੀਅਮ ਕੋਲ ਕਰ ਦਿਓ, ਥੋੜਾ ਜਿਹਾ ਸੀ ਤੁਹਾਡੀ ਆਵਾਜ਼ ਆਵੇ ਜ਼ਿਆਦਾ, ਕਿਉਂਕਿ ਵੈਨ ਯੂ ਸੇ ਓਕੇ, ਹੋ ਸਕਦਾ ਕਿ ਉਹ ਡੋਮੀਨੇਟ ਹੋਵੇ ਮਾਈਕ੍ਰੋਫੋਨ ਤੇ ਇਸ ਕਰਕੇ ਆਵਾਜ਼।
ਤੇ ਅਸੀਂ ਕਿਉਂਕਿ ਨਹੀਂ ਚਾਹੁੰਦੇ ਸੀ ਕਿਸੇ ਹੋਰ ਦੀ ਬੈਕ ਦੇਖੀਏ, ਤਾਂ ਬੈਟਰ ਹੈ ਕਿ ਅਸੀਂ ਆਪਣੇ ਫੇਸ ਕੋਈ ਗੱਲ ਨਹੀਂ ਦਿਖਾਓ, ਇਟਸ ਓਕੇ, ਇਟਸ ਨੈਚੁਰਲ ਸ਼ੋ। ਇਮਰਾਨ ਚੌਕਤ ਅਲੀ ਲਿਖ ਰਹੇ ਨੇ ਵੈਰੀ ਨਾਈਸ ਸ਼ੋ, ਬਹੁਤ ਖੂਬਸੂਰਤ ਕਪਲ ਕਪਲ ਹੈ ਆਪ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਮਰਾਨ ਚੌਕਤ ਅਲੀ ਜੀ ਗੁਲਾਬ ਵੀ ਭੇਜ ਰਹੇ ਨੇ, ਦਿਲ ਵੀ ਭੇਜ ਰਹੇ ਨੇ, ਸਮਾਈਲ ਵੀ ਭੇਜ ਰਹੇ ਨੇ, ਕੀ ਬਾਤ ਹੈ ਸਰ। ਸਰ ਜਸਟੀਫਾਈ ਕਰੋ, ਫੁੱਲ ਕਿਹਦੇ ਲਈ ਹੈ, ਦਿਲ ਕਿਹਦੇ ਲਈ, ਕਿਸ ਕੇ ਲਈ ਭੇਜ ਰਹੇ ਆਪ, ਕੁਲਦੀਪ ਕੇ ਲਈ ਭੇਜ ਰਹੇ, ਇਤਨੇ ਸਾਰੇ ਗੁਲਾਬ ਕੇ ਫੁੱਲ, ਕਿ ਚਿੰਟੂ ਜੀ ਲਈ ਭੇਜ ਰਹੇ ਹੋ, ਕਿ ਮੋਨੀ ਗਿੱਲ ਲਈ ਭੇਜ ਰਹੇ ਹੋ, ਕਿ ਜਸਟ ਚਿਲ ਵਿਦ ਮਿਸਟਰ ਔਰ ਮਿਸਿਸ ਗਿੱਲ ਦੋਨਾਂ ਵਾਸਤੇ ਭੇਜ ਰਹੇ ਹੋ, ਜਾਂ ਸ਼ੋ ਦੇ ਵਾਸਤੇ ਭੇਜ ਰਹੇ ਹੋ। ਆਵਾਜ਼ ਕਿਵੇਂ ਆਉਂਦੀ? ਸੋ ਲੈਟਸ ਸੀ ਜੀ, ਥੈਂਕ ਯੂ ਸਰ, ਆਪ ਆਪਕੋ ਇਤਨਾ ਕੰਮ ਕਰਵਾ ਰਹੇ ਹਮ, ਬਹੁਤ ਬਹੁਤ ਸ਼ੁਕਰੀਆ। ਨੋ ਪ੍ਰੋਬਲਮ ਸਰ, ਐਸੇ ਹੱਸਦੇ ਰਹਿਣਾ ਬਸ, ਐਸੇ ਹੱਸਦੇ ਰਹੇ। ਹਾਂਜੀ, ਤੇ ਚਿੰਟੂ ਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਬਾਲੀਵੁੱਡ ਦੇ ਵਿੱਚ ਕਿਸ ਤਰ੍ਹਾਂ ਮੌਕਾ ਮਿਲਿਆ, ਇਹ ਤਾਂ ਇੱਕ ਵੱਡਾ ਸਮੁੰਦਰ ਹੈ ਬਚਪਨ ਤੋਂ। ਆਫ ਕੋਰਸ, ਪਰ ਕਿ ਮਤਲਬ ਐਸਾ ਕਿਹੜਾ ਮੌਕਾ ਮਿਲਿਆ ਕਿ ਜਿਹ 'ਚ ਫਿਲਮਾਂ ਦੇ ਵਿੱਚ ਤੁਸੀਂ ਵਜਾਉਣਾ ਸ਼ੁਰੂ ਕਰ ਦਿੱਤਾ, ਪਹਿਲੀ ਫਿਲਮ ਜਿਹੜੀ ਕੋਈ ਯਾਦ ਮਤਲਬ ਤੁਹਾਨੂੰ ਯਾਦ ਚੇਤੇ ਹੋਏ ਹੁਣ ਤਾਂ ਇੰਨੇ ਵਜਾ ਲਿੱਤੇ ਨੇ? ਪਹਿਲੀ ਫਿਲਮ ਜਿਹੜੀ ਆਈ ਸੀ ਗਿਟਾਰ ਵਜਾਇਆ, ਉਹ ਸੁਣਾ, ਉਹ ਸੀ ਉਹ ਸੌਂਗ ਸੀ ਨਾ, ਅੱਲਾ ਕੇ ਬੰਦੇ। ਉਹ ਕਿਹਦਾ? ਅੱਲਾ ਕੇ ਬੰਦੇ, ਉਹ ਖੈਰ ਦਾ ਕੈਲਾਸ਼ ਕੇ ਦਾ? ਅਰੇ ਵਾਹ ਵਾਹ, ਅੱਛਾ ਅੱਛਾ, ਉਹ ਸੌਂਗ ਖਾਲੀ ਗਿਟਾਰ ਦੇ ਉੱਪਰ ਹੀ ਹੈ ਉਹ। ਹਾਂਜੀ ਹਾਂਜੀ ਹਾਂ, ਪ੍ਰੋਡਿਊਸਰ ਕੋਲ ਪੈਸਾ ਨਹੀਂ ਸੀ, ਯਾ ਪ੍ਰੋਡਿਊਸਰ ਕੋਲ ਪੈਸਾ ਨਹੀਂ ਸੀ, ਉਹਨੇ ਖਾਲੀ ਮੋਨੀ ਪਕੜਿਆ, ਤੂੰ ਗਿਟਾਰ ਵਜਾ ਦੇ। ਮੈਨੂੰ ਲੱਗਦਾ ਉਹਨੇ ਸਿੰਗਰ ਨੂੰ ਵੀ ਪੈਸੇ ਨਹੀਂ ਦਿੱਤੇ ਹੋਣੇ। ਫ੍ਰੀ ਜੀ ਮਤਲਬ ਫ੍ਰੀ ਜੀ ਵਜਾ ਗਿਆ ਹੀ, ਵਜਵਾ ਗਿਆ। ਅੱਛਾ ਇੱਕ ਕਿਸ ਬੋਲੂ ਮੈਂ, ਉਹ ਸੌਂਗ ਜਿਹੜਾ ਹੈ ਕਮ ਸੇ ਕਮ 6 ਵਾਰ ਵਜਾਇਆ ਵਾਪਸ। ਅਰੇ ਵਾਹ, ਅੱਛਾ ਕਦੀ ਵਿਸ਼ਾਲ ਜੀ, ਕਦੀ ਵਿਸ਼ਾਲ ਜੀ ਨੇ ਕਿਹਾ ਨਹੀਂ, ਉਹ ਜਿਹੜਾ ਸਿੰਗਰ ਨਵਾਂ ਹੈ ਦੂਸਰਾ ਸੀ। ਤੇ ਮੈਂ ਕਿਹਾ ਤੁਹਾਨੂੰ ਕੈਲਾਸ਼ ਖੇਰ ਜੀ ਨੇ ਪਛਾਣਿਆ ਕਿ ਨਹੀਂ? ਉਹ ਜ਼ਿਆਦਾ ਮੈਨੂੰ ਮਾਇਨੇ ਰੱਖਦਾ। ਠੀਕ ਹੈ, ਵੈਸੇ ਉਹਦੇ 'ਚ ਪਰ ਹੁਣ ਗਿਟਾਰ ਨੇੜੇ ਨਹੀਂ ਪੈਂਦਾ, ਮੈਂ ਕਹਿਣਾ ਸੀ ਉਹਦੇ 'ਚ ਸੁਣਾਓ ਕੀ ਸੁਣਾਓਗੇ। ਹੁਣ ਹਾਰਮੋਨੀਅਮ ਤੁਹਾਡੇ ਨੇੜੇ ਪਿਆ, ਹੋਰ ਦੱਸੋ ਹੁਣ ਤੁਸੀਂ ਕੀ ਸੁਣਾਉਣ ਵਾਲੇ ਹੋ? ਮੇਰੇ ਅਰਜਨ ਤੋਂ ਇੱਕ ਗਾਣਾ ਸੁਣਾਉਂ ਮੈਂ। ਹਾਂਜੀ, ਓਕੇ, ਅਸਾਂ ਕਿਉਂਕਿ ਮੈਂ ਇੰਨਾ ਕਸ ਨਹੀਂ ਦੇਣਾ ਇਹਨਾਂ ਨੂੰ, ਕਿਉਂਕਿ ਜਦੋਂ ਗਾਇਕੀ ਚਾਹੀਦੀ ਹੈ ਤੇ ਉਦੋਂ ਸਾਨੂੰ ਐਕੋ ਚਾਹੀਦਾ ਹੈ, ਤੇ ਇਟਸ ਆਲ ਰਾਈਟ। ਚਲੋ ਆਪਾਂ ਸੁਣਦੇ ਹਾਂ ਤੁਹਾਨੂੰ ਇਸ਼ਕ ਸਮਥਿੰਗ। ਅੱਛਾ, ਮੈਂ ਹੁਣ ਜਿਹੜਾ ਕਲਾਮ ਗਾ ਰਿਹਾ ਉਹ ਰਿਲੀਜ਼ ਕੀਤਾ ਵਿਵਾਂਜਲੀ ਰਿਕਾਰਡਸ ਕਰਕੇ ਹੈਗਾ, ਯੂਸ ਤੋਂ ਰਿਲੀਜ਼ ਹੋਇਆ। ਓਕੇ, ਕੰਪਨੀ ਵਿਵਾਂਜਲੀ ਰਿਕਾਰਡਸ, ਉਹ ਤੋਂ ਰਿਲੀਜ਼ ਹੋਇਆ ਸੀ। ਠੀਕ ਹੈ ਜੀ, ਮੈਂ ਆਪ ਕੰਪੋਜ਼ ਕੀਤਾ ਸੀ ਗਾਣਾ। ਵਾਹ ਵਾਹ, ਸਮਾਂ ਲੈ ਗਿਆ।
Thank you.
ਮਿਊਜ਼ੀਸ਼ੀਅਨ ਹੁੰਦਾ ਇਹ ਫਾਇਦਾ ਹੈ ਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਮੈਂ ਕਿਹੜੀ ਰਿਦਮ 'ਚ ਕੀ ਫਿੱਟ ਕਰ ਸਕਦਾ। ਔਰ ਬੜੀ ਖੂਬਸੂਰਤੀ ਨਾਲ ਤੁਸੀਂ ਗਾਣੇ ਜਦੋਂ ਮਰਜ ਕਰਦੇ ਹੋ ਇੱਕ ਸੌਂਗ ਦੇ ਅੰਦਰ ਦੂਸਰਾ ਸੌਂਗ, ਔਰ ਦੋਨੋਂ ਵੱਖ ਕਿਸਮ ਦੇ, ਇੱਕ ਸੂਫੀ ਕਿਸਮ ਦਾ ਤੁਸੀਂ ਪੰਜਾਬੀ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਵਿੱਚ ਫਿਲਮੀ ਗਾਣਾ, ਔਰ ਬਹੁਤ ਅੱਛਾ ਲੱਗਦਾ ਸਰ। ਔਰ ਤੁਹਾਨੂੰ ਇੱਕ ਦੋ ਹੋਰ ਮਿਲਕੇ ਤਾਨ ਜੀ ਨੇ ਲਿਖਦੇ, ਸਤਿ ਸ਼੍ਰੀ ਅਕਾਲ ਚਿੰਟੂ ਸਿੰਘ ਜੀ, ਬੈਸਟ ਗਿਟਾਰਿਸਟ। ਅਸੀਂ ਵੀ ਵੇਟ ਕਰ ਰਹੇ ਹਾਂ, ਗਿਟਾਰ ਨਿਕਲੇਗੀ ਕਦੋਂ, ਅਸੀਂ ਬੈਸਟ ਬੈਸਟ ਕਰਦੇ ਰਹਿ ਰਹੇ ਹਾਂ। ਮੈਂ ਇੱਕ ਰਿਕੁਐਸਟ ਕਰਾਂਗੇ ਭਾਈ ਸਾਹਿਬ ਨੂੰ, ਜਿਹੜੇ ਇਹ ਕਿਹੜੇ ਦੋ ਇੰਸਟਰੂਮੈਂਟ ਵਜਾ ਰਹੇ ਨੇ, ਜਿਹੜਾ ਉਹ ਜਿਹੜਾ ਹੱਥ ਨਾਲ ਵਜਾ ਰਹੇ, ਛੈਣਾ ਜਿਹਾ ਜਿਹੜਾ ਉਹ ਨਾ ਵਜਾਈਏ ਜੀ, ਜਾਂ ਸਾਫਟ ਰੱਖੀਏ, ਉਹ ਆਵਾਜ਼ ਬੰਦ ਕਰ ਦਿੰਦਾ। ਹਾਂਜੀ ਕਰਦੇ ਹਾਂ, ਲੈਟਸ ਸੀ, ਆਈ ਹੋਪ ਵਿਦ ਗਿਟਾਰ ਹੀ ਇਜ਼ ਨਾਟ ਪਲੇਇੰਗ ਦੈਟ। ਮੈਂ ਮਾਈਕ ਲਾਣਗੇ ਨਾ। ਅੱਛਾ, ਸੋ ਕੋਸ਼ਿਸ਼ ਹੈ ਜੀ, ਲਾਈਵ ਵੀ ਪ੍ਰੋਗਰਾਮ ਕਰਦੇ ਹਾਂ ਅਸੀਂ, ਔਰ ਅੱਜ ਅਸਲ 'ਚ ਸਾਰੇ ਇੰਨੇ ਬਿਜ਼ੀ ਸੀਗੇ, ਸਾਊਂਡ ਚੈੱਕ ਅੱਜ ਸ਼ੋਅ ਤੋਂ ਪਹਿਲਾਂ ਹੀ ਹੋਇਆ, ਸੋ ਇਹ ਵੀ ਕਈ ਵਾਰੀ, ਹਾਂ ਇਹ ਵੀ ਜ਼ਿੰਦਗੀ ਹੈ, ਤੇਰੀ ਮੇਰੀ ਕਹਾਣੀ ਹੈ। ਸਹੀ ਗੱਲ ਹੈ, ਹੈ ਨਾ, ਇਹ ਸਾਰਿਆਂ ਦੀ ਜ਼ਿੰਦਗੀ ਆਪਣੀ ਆਪਣੀ ਕਹਾਣੀ ਹੈ। ਲਓ ਜੀ, ਹੋਰ ਆ ਗੁਲਾਮ ਅਕਬਰ ਜੀ ਨੇ ਗੁਲਾਬ ਅਤੇ ਪਾਕਿਸਤਾਨ ਦੇ ਇੰਨੇ ਕੁ ਝੰਡੇ ਭੇਜਦੇ ਨੇ, ਕੀ ਬਾਤ ਹੈ ਸਰ, ਕੀ ਬਾਤ ਹੈ ਸਰ, ਇਹਦਾ ਮਤਲਬ ਕੀ ਹੈ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ, ਲੇਕਿਨ ਅੱਛਾ ਚਿੰਟੂ ਜੀ, ਝੰਡਾ ਵੀ ਜਿੰਦਾਬਾਦ। ਇੱਕ ਰਿਕੁਐਸਟ ਚਿੰਟੂ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ। ਓਕੇ, ਅਸੀਂ ਸਿਰਫ ਉਹ ਜਿਹੜਾ ਇੰਸਟਰੂਮੈਂਟ ਭਾਈ ਸਾਹਿਬ ਵਜਾ ਰਹੇ ਨੇ, ਮੈਨੂੰ ਨਾਮ ਭੁੱਲ ਗਿਆ ਇਹਨਾਂ ਦਾ, ਆ ਜਿਹੜਾ ਹੱਥ 'ਚ ਫੜਿਆ ਇਹਨਾਂ ਨੇ, ਅੱਛਾ ਛੈਣੇ ਵਰਗੇ ਜਿਹੜੀ ਚੀਜ਼ ਹੈ, ਇਹਨੂੰ ਕਹਿੰਦੇ ਕੀ ਨੇ? ਹਾਂ ਸੰਤੋ ਸੰਤੋ। ਹਾਂਜੀ, ਇਸ ਇੰਸਟਰੂਮੈਂਟ ਨੂੰ ਕੀ ਕਹੀਦਾ ਜਿਹੜਾ ਹੱਥ 'ਚ ਇਹਨਾਂ ਦੇ? ਚਿੰਟੂ ਜੀ ਕੀ ਆਵਾਜ਼ ਬੰਦ ਹੋ ਜਾਤੀ, ਕਿਉਂਕਿ ਉਹ ਪਕੜ ਲੇਤਾ ਹੈ, ਫੈਲ ਜਾਂਦਾ ਤਾਂ ਆਵਾਜ਼ ਨਹੀਂ ਆਉਂਦੀ, ਮਾਈਕ੍ਰੋਫੋਨ ਮੇ ਵੋ ਆਵਾਜ਼ ਬੰਦ ਹੋ ਜਾਤੀ ਹੈ। ਪਿੱਛੇ ਗਿਟਾਰ ਵਾਲੇ ਵਿਚਾਰੇ ਇੰਝ ਲੱਗਦੇ ਨੇ ਕਿ ਐਵੇਂ ਬੈਠੇ ਹੋਏ ਨੇ, ਉਹਨਾਂ ਦੀ ਆਵਾਜ਼ ਬਿਲਕੁਲ ਹੀ ਘੱਟ ਹੈ। ਅਤੇ ਸਰ ਹੁਣ ਆਪਾਂ ਸਾਊਂਡ ਟੈਸਟ ਦੇ ਵਿੱਚ ਇੱਕ ਤੁਸੀਂ ਕੋਈ ਪੀਸ ਵਜਾਇਆ ਸੀ, ਆਈ ਡੋਂਟ ਨੋ ਵਟ ਵਾਜ਼ ਦੈਟ, ਅਤੇ ਕੁਛ ਵਜਾਇਆ ਸੀ ਤੁਸੀਂ ਸਾਊਂਡ ਟੈਸਟ ਦੇ ਵਿੱਚ ਗਿਟਾਰ ਦੇ ਉੱਤੇ, ਤੁਸੀਂ ਪੂਰੀ ਟੀਮ ਨੇ ਬੜਾ ਖੂਬਸੂਰਤ ਵਜਾਇਆ ਸੀ। ਅਸੀਂ ਉਹੀ ਵਜਾ ਰਹੇ ਹੁੰਦੇ। ਹਾਂ ਜੀ, ਕੀ ਬਾਤ ਹੈ, ਕੀ ਬਾਤ ਸਰ, ਦਿਲ ਦੀ ਦਿਲ ਨੂੰ ਰਾਹ ਦੇਖੋ, ਇਹ ਕਿ ਰਾਤ ਦਰਬਾਰੀ। ਵਾਹ ਵਾਹ, ਕੀ ਬਾਤ, ਅਸੀਂ ਇੱਥੇ ਬਲੂਜ਼ ਜਿਹੜੇ ਵਜਾਉਂਦੇ ਨੇ ਉਹ ਦਰਬਾਰੀ ਲਾਗੇ, ਹਾਂ, ਜਾਂ ਜੋ ਲਾਗੇ ਦਰਬਾਰੀ ਨਾਲ ਮਿਕਸਚਰ ਹੋਗਾ। ਅਰੇ ਵਾਹ, ਕੀ ਬਾਤ, ਮੈਂ ਜਾਵਾਂਗਾ, ਮੈਂ ਤੁਸੀਂ ਤੁਹਾਨੂੰ ਅੱਛੇ ਲੱਗੇ ਜੀ ਜ਼ਰੂਰ। ਅਮਰੀਕਾ ਚ ਬਲੂਜ਼ ਸਭ ਤੋਂ ਜ਼ਿਆਦਾ ਲੂਜ਼ੀਆਨਾ ਚ ਗਾਇਆ ਜਾਂਦਾ, ਲੂਜ਼ੀਆਨਾ ਦਾ। ਇਲੈਕਟ੍ਰੋਨਿਕ ਤਾਨਪੁਰਾ ਜੀ, ਅਸੀਂ ਵੀ ਸਿੱਖ ਰਹੇ ਹਾਂ ਕੀ ਆ ਰਹੀ, ਬਚਾਓ ਥੋੜਾ ਜਿਹਾ ਪਹਿਲਾਂ। ਠੀਕ ਹੈ ਜੀ, ਹਾਂਜੀ ਆ ਰਹੀ ਹੈ, ਪਰਫੈਕਟ, ਬਿਲਕੁਲ ਆ ਰਹੀ ਹੈ ਸਰ, ਆਵਾਜ਼ ਆ ਰਹੀ ਹੈ। ਪਿਛਲੇ ਸਾਲ ਦੀ ਆ ਰਹੀ ਹੈ। ਹਮ
ਇੰਦਰਪਾਲ ਸਿੰਘ ਨੇ ਕ੍ਰਿਕਟ ਕੁਲਦੀਪ ਐਂਡ ਮੋਨੀ ਜੀ ਇੰਦਰਪਾਲ ਸਿੰਘ ਨੇ ਚਿੰਟੂ ਹੁਣ ਕੁਛ ਵਜਾ ਵੀ ਦੇ ਵੀਰ ਇਹ ਇੰਦਰਪਾਲ ਸਿੰਘ ਨੇ ਕੀਬੋਰਡ ਪਲੇਅਰ ਨੇ ਆਈ ਥਿੰਕ ਇੰਦਰਪਾਲ ਸਿੰਘ ਜੀ ਉਹੀ ਨੇ ਜਿਹੜੇ ਕੀਬੋਰਡ ਪਲੇਅਰ ਨੇ ਆਈਪੀ ਸਿੰਘ ਆ ਮੈਨੂੰ ਲੱਗ ਨਹੀਂ ਰਿਹਾ ਫਿਰ ਨਾਮ ਕਿਉਂ ਚੇਂਜ ਕੀਤਾ ਤੁਸੀਂ ਨਹੀਂ ਨਾ ਤਾਂ ਇੰਦਰਪਾਲ ਸਿੰਘ ਜੀ ਆਈਪੀ ਛੋਟਾ ਕਰ ਲਿਆ ਅਮਰੀਕਾ ਆ ਕੇ ਕੋਸ਼ਿਸ਼ ਕਰ ਰਹੇ ਹਾਂ ਜੀ ਆਵਾਜ਼ ਪ੍ਰੋਪਰ ਸਾਰੇ ਇੰਸਟਰੂਮੈਂਟ 'ਤੇ ਆਵੇ ਵਿੱਚ ਔਰ ਜਦ ਤੱਕ ਐਡਜਸਟਮੈਂਟ ਕਰ ਰਹੇ ਨੇ ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੀ ਔਰ ਇੰਦਰਪਾਲ ਸਿੰਘ ਜੀ ਗ੍ਰੇਟ ਤੁਸੀਂ ਦੱਸੋ ਕਿ ਕੁਲਦੀਪ ਐਂਡ ਮੋਨੀ ਜੀ ਪਸੰਦ ਕਰੋਗੇ ਇੰਦਰਪਾਲ ਸਿੰਘ ਲਿਖ ਰਹੇ ਨੇ ਚਿੰਟੂ ਹੁਣ ਕੁਛ ਵਜਾ ਵੀ ਦੇ ਯਾਰ ਆਈ ਥਿੰਕ ਇਹ ਦੋਵਾਂ ਨੂੰ ਅੱਛੀ ਤਰ੍ਹਾਂ ਜਾਣਦੇ ਹੋਣੇ ਨੇ ਬਿਲਕੁਲ ਤੇ ਸ਼ਕੀਲ ਸ਼ਹਿਜ਼ਾਦ ਇਮਰਾਨ ਸ਼ੌਕਤ ਜੀ ਲਿਖਦੇ ਨੇ ਆਪਕੇ ਲਈ ਆਪ ਦੋਨੋਂ ਕੇ ਲਈ ਜਿਹੜੇ ਫੁੱਲ ਗੁਲਦਸਤੇ ਭੇਜੇ ਨੇ ਸਾਨੂੰ ਥੈਂਕ ਯੂ ਜੀ ਇਮਰਾਨ ਜੀ ਬਹੁਤ ਬਹੁਤ ਸ਼ੁਕਰੀਆ ਲੈਟਸ ਸੀ ਅੱਛਾ ਆਈਡੀਆ ਦਿੱਤਾ ਵੈਸੇ ਵੈਲੈਂਟਾਈਨ ਤੇ ਨਾ ਵਟਸਐਪ ਤੇ ਗੁਲਦਸਤਾ ਭੇਜ ਦਿਓ ਚੱਕਰ ਹੀ ਨਹੀਂ ਕਰੋਨਾ ਦਾ ਡਿਲੀਵਰੀ ਦਾ ਆਈਪੀ ਹਾਂਜੀ ਆਈਪੀ ਸਿੰਘ ਜੀ ਪਛਾਣ ਲਿਆ ਤੁਹਾਨੂੰ ਅਸੀਂ ਆਈਪੀ ਸਿੰਘ ਜੀ ਬਹੁਤ ਅੱਛੇ ਕੀਬੋਰਡ ਪਲੇਅਰ ਨੇ ਹਾਂ ਮੇਰੀ ਸਹੇਲੀ ਦੇ ਹਸਬੰਡ ਮਾਈਕ ਲੀਕ ਹੋ ਰਿਹਾ ਜਦ ਤੱਕ ਮੈਂ ਆਡੀਅੰਸ ਲਈ ਬੰਦ ਕਰਦੀ ਹਾਂ ਤਾਂ ਕਿ ਉਹਨਾਂ ਦੇ ਕੰਨਾਂ 'ਚ ਚੀਕਾਂ ਨਾ ਪੈਣ ਅਤੇ ਬਹੁਤ ਮੁਸ਼ਕਿਲ ਹੈ ਲੋਕਾਂ ਨੂੰ ਕਈ ਵਾਰੀ ਲੱਗਦਾ ਹੈ ਕਿ ਕੈਮਰੇ ਦੇ ਅੱਗੇ ਬੈਠ ਕੇ ਗੱਲਬਾਤ ਕਰਨੀ ਔਰ ਆਰਟਿਸਟ ਵੀ ਜਿਹੜੇ ਤਿੰਨ ਚਾਰ ਮਿਊਜ਼ੀਸ਼ੀਅਨ ਇਕੱਠੇ ਹੋਏ ਨੇ ਔਰ ਮਿਊਜ਼ਿਕ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਤਾਲਮੇਲ ਬਿਠਾਉਣ ਦੀ ਸਭ ਤੋਂ ਜ਼ਿਆਦਾ ਕਿਉਂਕਿ ਹਰ ਇੰਸਟਰੂਮੈਂਟ ਸੁਰ ਹੋਣਾ ਬਹੁਤ ਜ਼ਰੂਰੀ ਹੈ ਜਦ ਤੱਕ ਉਹ ਸੁਰ 'ਚ ਨਹੀਂ ਹੈਗਾ ਉਹ ਜਦ ਤੱਕ ਉਹ ਅੱਗੇ ਵੱਧ ਨਹੀਂ ਸਕਦਾ ਸੋ ਉਹਦਾ ਸੁਰ 'ਚ ਹੋਣਾ ਬਹੁਤ ਇੰਪੋਰਟੈਂਟ ਹੈ ਇੰਦਰਪਾਲ ਸਿੰਘ ਜੀ ਲਿਖ ਰਹੇ ਬਬਲੀ ਸਿੰਘ ਹਾਈ ਟੂ ਮੋਨੀ ਜੀ ਹੈਲੋ ਬਬਲੀ ਹਾਵ ਆਰ ਯੂ ਸੱਚ ਅ ਬਿਊਟੀਫੁਲ ਸੋਲ ਆਰ ਵੀ ਰੈਡੀ ਹੋ ਜਾਣਗੇ ਹੋ ਜਾਣਗੇ ਚਿੰਤਾ ਨਾ ਕਰੋ ਅੱਛਾ ਚਾਰਾ ਸਾਊਂਡ ਇੰਜੀਨੀਅਰ ਵੀ ਕੀ ਕਰੇ ਚਾਰੇ ਬਹੁਤ ਕੰਮ ਕਰ ਰਹੇ ਨੇ ਲੇਕਿਨ ਅਸਲ 'ਚ ਨਾ ਸਟੂਡੀਓ 'ਚ ਇੰਝ ਹੀ ਕੰਮ ਹੁੰਦਾ ਜਦੋਂ ਗਾਣਾ ਬਣਨ ਲੱਗਦਾ ਨਾ ਕਦੀ ਇੱਧਰ ਜਾ ਕਦੀ ਉੱਧਰ ਜਾ ਕਦੀ ਇਹਦੀ ਤਾਰ ਠੀਕ ਕਰ ਕਦੀ ਉਹਦੀ ਠਾਰ ਔਰ ਸਾਰੇ ਵੈਲ ਇਸਟੈਬਲਿਸ਼ ਮਿਊਜ਼ੀਸ਼ੀਅਨਸ ਹੁੰਦੇ ਨੇ ਪੁਰਾਣੇ ਟਾਈਮ 'ਚ ਤਾਂ ਇਹ ਹੁੰਦਾ ਸੀਗਾ ਕਿ ਇੱਕੋ ਟੇਕ 'ਚ ਗਾਣਾ ਹਾਂਜੀ ਸਰ ਰੈਡੀ ਹੋ ਠੀਕ ਹੈ ਜੀ
लेकिन हुण एक होर फरमाइश आई है कि तुसी कोई लेकिन उस मेडली कोई तैयार कीती है सिर्फ गिटार देते कि सिर्फ लगातार गाने पांच छे इकट्ठे चलदे होन ओनली गिटार ओनली अच्छा ए गिटार और सिंगिंग नहीं नहीं पर सिंगिंग नाल कर ना पर वो लिखिया उन्होंने आईपी सिंह ने कि गिटार भी बजाओ कल्ली कोई ओदे च कोई ऐसी गिटार बजा ही रहने आई नो कुलदीप ही सेइंग औलाद दे बात सुनया उन्होंने जिवें तुसी राग शुरू किया कहिंदे ना कि जिस स्टेज से तुसी मास्टर हो ना वो फिर तुसी मास्टर हो सर आ जिहड़ा स्ट्रिंग्स के उपरों तुसी नोट चेंज कर करके मैं अज तक नहीं देखिया ये काम सुनिया भी नहीं हैगा इंज कि उपरों सुर स्ट्रिंग नूं लो करके उहदे जिहड़े सिर चलते शो दे हाँ दैट आई नैवर सीन दैट एंड हैट्स ऑफ टू नैवर और वो सारे सुर करके एंड चलते च वापस फिर उन्हें सुरां च दोबारा वापस आ जाना आई मीन अच मैं कई देखा लोग इलैक्ट्रॉनिक गैजट्स रखे होंगे ने कि गिटार नूं सुर किवें करी राइट आई मीन तुहाडे वर्गे बंदे एक्सीलेंट एक्सीलेंट आई मीन एक्सीलेंट गिटारिस्ट जिहड़ा वर्ड है तुहाडे लिए सर ते
ਤੇ ਹਰਸ਼ਰਨਦੀਪ ਸਿੰਘ ਲਿਖ ਰਹੇ ਨੇ ਕਿ ਕਿਆ ਬਾਤ ਹੈ ਮੋਨੀ ਜੀ, ਕੁਲਦੀਪ ਜੀ, ਪਾਜੀ ਆਰ ਰੀਅਲੀ ਸਰਵਿੰਗ ਦਾ ਮਿਊਜ਼ਿਕ ਵੈਰੀ ਵੈਲ। ਥੈਂਕ ਯੂ, ਬਹੁਤ ਅੱਛੇ ਸਿੰਗਰ ਨੇ। ਦੀਪੇਨ ਰਾਜ ਹੋਰ ਬੜੇ ਖਾਸ ਸਾਡੇ ਮੇਰੇ ਫੇਵਰਿਟ ਨੇ। ਦੀਪੇਨ ਰਾਜ ਜੀ, ਦੀਪੇਨ ਜੀ ਕਿਆ ਬਾਤ ਹੈ, ਆਪ ਲਿਖਤੇ ਹੈ। ਵਾਹ ਚਿੰਟੂ ਜੀ, ਚਿੰਟੂ ਜੀ ਔਰ ਕੌਰ ਸਿੰਘ ਲਿਖ ਰਹੀ, ਵੈਰੀ ਫਾਈਨ ਆਰਟਿਸਟ ਹਿਮਸੈਲਫ ਦੀਪੇਨ ਜੀ। ਕੌਰ ਸਿੰਘ ਲਿਖ ਰਹੇ ਵੈਰੀ ਨਾਈਸ। ਬੌਬ ਸਿੰਘ ਲਿਖ ਰਹੇ, ਬੌਬ ਸਿੰਘ ਲਿਖ ਰਹੇ ਨੇ ਚਿੰਟੂ ਜੀ ਵੈਰੀ ਰੋਮਾਂਟਿਕ ਆਰਟਿਸਟ। ਸਰ ਇਹ ਕੀ ਚੱਕਰ ਹੈ? ਕਿਉਂਕਿ ਹਰ ਗਾਣਾ ਇਸ਼ਕ ਵਿੱਚ ਵੜਿਆ ਇਹਨਾਂ ਨੇ। ਮੈਨੂੰ ਲੱਗਦਾ ਬੁੱਲੇ ਨੇ ਵੀ, ਬੁੱਲੇ ਸ਼ਾਹ ਨੇ ਵੀ ਆਪਣੇ ਆਪ ਨੂੰ ਇੰਨਾ ਨਹੀਂ ਗਾਇਆ ਹੋਣਾ ਜਿੰਨਾ ਤੁਸੀਂ ਗਾਣ ਦੇ। ਸਹੀ ਗੱਲ ਹੈ। ਅੱਛਾ ਇੱਕ ਪਤਾ ਕੀ ਹੈ, ਜਿੰਨੇ ਵੀ ਜਿਹੜੇ ਟੁੱਟੇ ਹੁੰਦੇ ਨੇ, ਦਿਲ ਦੇ ਟੁੱਟੇ ਹੁੰਦੇ ਨੇ, ਜਿਹਨਾਂ ਦੇ ਲਫ਼ਜ਼ ਨਹੀਂ ਹੁੰਦੇ, ਚਾਹ ਪਾਣੀ ਹੁੰਦੇ, ਉਹ ਸਾਰੇ ਮੇਰੇ ਗਰੁੱਪ ਸਾਰੇ ਹੀ ਹੈਗੇ ਨੇ, ਸਾਰੇ ਤਕਰੀਬਨ ਮੇਰੇ ਨਾਲ ਸਾਰੇ ਹੋਏ ਨੇ, ਜਿਹਨਾਂ ਚਾਹ ਚਾਹ ਪੀਂਦਾ ਲਵ ਸਾਰਾ ਨਹੀਂ ਹੋਇਆ, ਮਤਲਬ ਪੂਰਾ ਨਹੀਂ ਹੋਇਆ। ਮੈਂ ਸਿਰ ਦੁਆ ਕਰਾਂਗਾ ਕਿ ਸਰ ਹੁਣ ਵੈਲੈਂਟਾਈਨ ਡੇ ਆ ਰਿਹਾ ਨਾ, ਵੈਲੈਂਟਾਈਨ ਡੇ ਤਾਂ ਇਹਨੇ ਸਰ ਪੂਰਾ ਹੋ ਜਾਏਗਾ ਸੈਕਿੰਡ ਦਾ, ਤਾਂ ਹੀ ਸਾਰਾ ਦਰਦ ਮੰਨੋ ਕਿ ਜਿੰਨੇ ਵੀ ਆਏ ਨੇ, ਜਿੰਨੇ ਵੀ ਸੈਕਿੰਡ ਨੇ, ਉਹ ਸਾਰੇ ਦੇ ਮਤਲਬ ਕੋਈ ਮਤਲਬ 5-6 ਐਫਐਸ ਰਹੇ ਨੇ, ਮਤਲਬ ਕੋਈ ਟੁੱਟ। ਅੱਛਾ ਸ਼ਗੀਰ ਛੱਡੋ, ਮੈਨੂੰ ਇਹ ਦੱਸੋ ਉਸਤਾਦ ਜੀ ਦੇ ਕਿੰਨੇ ਅਫੇਅਰ ਰਹੇ ਨੇ? ਵਾਈਫ ਬੀਵੀ ਦੇਖ ਰਹੀ ਹੈ, ਬੀਵੀ ਦੇਖ ਰਹੀ ਹੈ, ਪੜੇ ਜਾਓਗੇ ਚਿੰਟੂ ਜੀ? ਚਲੋ ਮਾਫ ਹੈ ਸਭ। ਨਹੀਂ ਮੈਂ ਜ਼ਰੂਰ ਚਾਹਾਂਗੀ ਕਿ ਕਿਉਂਕਿ ਜਿਹੜਾ ਦਿਲ ਟੁੱਟਦਾ ਨਾ, ਤਾਂ ਵਿੱਚੋਂ ਫਿਰ ਜਿਹੜੀ ਦਰਦ ਦਰਦ ਦੇ ਨਾਲ ਜਿਹੜੀ ਆਵਾਜ਼ ਨਿਕਲਦੀ ਹੈ ਨਾ, ਫਿਰ ਉਹ ਜ਼ਿਆਦਾ ਵਾਕਿਆ ਦਿਲ ਤੱਕ ਪਹੁੰਚਦੀ ਹੈ। ਟੂਟੇ ਦਿਲ ਕੀ ਆਵਾਜ਼ ਦਿਲ ਤੱਕ ਪਹੁੰਚਦੀ ਹੈ, ਪਰ ਜਿਨਕੇ ਦਿਲ ਮੈਂ ਪਹੁੰਚਣੀ ਚਾਹੀਏ ਉਨਕੋ ਨਹੀਂ ਪਹੁੰਚਦੀ, ਲੇਕਿਨ ਜੇ ਲੋਕੋ ਤੱਕ ਪਹੁੰਚਦੀ ਹੈ। ਲੇਕਿਨ ਜੇ 5-6 ਵਾਰੀ ਦਿਲ ਟੁੱਟ ਰਹੇ ਨੇ, ਤੇ ਫਿਰ ਫਿਰ ਆਪਣਾ ਇਲਾਜ ਵੀ ਕਰਾਉਣਾ ਚਾਹੀਦਾ ਕਿ ਸਮਥਿੰਗ ਇਜ਼ ਰੋਂਗ ਸਮਵੇਅਰ। ਤੁਹਾਡੇ ਚੱਕਰ ਚ ਉਸਤਾਦ ਦਾ ਤਲਾਕ ਨਾ ਕਰਾ ਦੇਣਾ ਹੈ, ਇਹੋ ਜਿਹੀ ਗੱਲਾਂ ਦੱਸ ਦੱਸ। ਵਾਈਫ ਨੇ ਕਹਿਣਾ ਕਿ ਕੈਸੇ ਸੰਗਤੀ ਮੇ ਰਹਤੇ ਹੋ ਜਹਾਂ ਦਿਲ ਟੁੱਟਤੇ ਰਹਤੇ ਹੈਂ। ਆਈ ਗੈਸ ਦੀਪੇਨ ਰਾਜ ਲਿਖ ਰਹੇ ਨੇ, ਆਈ ਗੈਸ ਆਈ ਸੋ ਚਿੰਟੂ ਜੀ ਇਨ ਪਦਮਾਵਤ ਫਸਟ ਸੀਨ, ਪਲੀਜ਼ ਆਸਕ। ਪਦਮਾਵਤ ਮੂਵੀ ਚ ਤੁਸੀਂ ਸੀ? ਤੁਸੀਂ ਸੀ? ਕੀ ਵਜ੍ਹਾ ਹੈ ਸਰ? ਹਾਂ ਤੋਰਬਾਜ਼ ਜਿਹੜਾ ਆਈ ਸੀ ਉਹਨੇ, ਤੋਰਬਾਜ਼ ਸੰਜੇ ਦੱਤ ਦੀ, ਹਾਂ ਉਹ ਰਿਸ਼ੂ ਦਿਖਾਇਆ ਸੀ ਮੈਨੂੰ ਉਹਨੇ, ਉਹ ਜਾਣਦੇ ਘਰ ਬਾਪ। ਅੱਛਾ ਅੱਛਾ ਅੱਛਾ। ਪਦਮਾਵਤ ਵੀ ਸੀ, ਫਿਰ ਦੋ ਕਾਫੀ 5-6 ਪਿਕਚਰਾਂ ਸੀ ਉਹਨੇ। ਅੱਛਾ ਅੱਛਾ। ਜੇ ਥੋੜਾ ਸਮਝੇ ਦੀਪੇਨ ਰਾਜ ਜੀ ਬੜੇ ਗੌਰ ਨਾਲ ਦੇਖ ਰਹੇ ਨੇ, ਛੁਪੇ ਰੁਸਤਮ ਆਪਕੇ ਪਾਸ ਬੜੀ ਰਾਜ ਦਬਾ ਕੇ ਬੈਠੇ ਹੈ ਆਪ, ਔਰ ਬਸ ਵਹੀ ਹਮ ਲੋਕ ਚਾਹਤੇ ਹੈ ਮਾਈ ਟੀਵੀ ਪਰ ਆਪਕੇ ਵੀ ਰਾਜ ਖੁਲੇ। ਤੇ ਹੁਣ ਹੁਣ ਮੈਨੂੰ ਦੱਸੋ ਕਿ ਇੰਦਰਪਾਲ ਸਿੰਘ ਜੀ ਰਬਾਬ ਲਿਖ ਰਹੇ ਨੇ, ਰਬਾਬ ਰੱਖਿਆ ਨੇੜੇ? ਮੈਂ ਕਹਿੰਦੀ ਇੱਕ ਦੋ ਚੀਜ਼ਾਂ ਹੋਰ ਗਿਟਾਰ ਤੇ ਸੁਣੀਏ, ਪਰ ਮੈਂ ਤੁਹਾਡੇ ਤੋਂ ਜ਼ਰੂਰ ਸੁਣੂੰਗਾ ਸਰ। ਕੀ? ਅੱਲਾਹ ਕੇ ਬੰਦੇ। ਅੱਛਾ ਜੇ ਸਿਰਫ ਤੁਹਾਨੂੰ ਪੈਸੇ ਦਿੱਤੇ ਗਏ, ਉਹ ਵੀ ਨਹੀਂ ਦਿੱਤੇ ਗਏ ਮੈਨੂੰ ਨਹੀਂ ਪਤਾ, ਉਹ ਮੈਂ ਜ਼ਰੂਰ ਸੁਣਨਾ ਚਾਹੂੰਗਾ। ਨਹੀਂ ਜੋ ਤੁਹਾਡਾ ਦਿਲ ਕਰਦਾ ਗਿਟਾਰ ਦੇ ਉੱਤੇ ਕੋਈ ਚੀਜ਼ ਤੁਸੀਂ ਅਗਰ ਸੁਣਾਉਣਾ ਚਾਹੋ। ਠੀਕ ਹੈ, ਤੇ ਇਹ ਲੋਕ ਲੋ ਜੀ ਜਦ ਤੱਕ ਰਬਾਬ ਨੂੰ ਸੁਰ ਕਰਦੇ ਨੇ, ਤੇ ਅਸੀਂ ਜਿਹੜੇ ਸਾਡੇ ਆਡੀਅੰਸ ਉਹਨਾਂ ਨੂੰ ਕਹੀਏ ਥੈਂਕ ਯੂ। ਦੀਪੇਨ ਰਾਜ ਲਿਖ ਰਿਹਾ ਥੈਂਕਸ ਅ ਲੋਟ, ਥੈਂਕ ਯੂ ਦੀਪੇਨ ਜੀ, ਤੁਸੀਂ ਸਾਨੂੰ ਦੱਸਿਆ ਕਿ ਫਿਲਮਾਂ 'ਚ ਵੀ ਆ ਰਹੇ ਨੇ। ਬਿਲਕੁਲ, ਮੈਂ ਵੈਸੇ ਪੁੱਛਣ ਨੂੰ ਲੱਗਾ ਸੀ ਕਿ ਬਜਾਇਆ ਹੀ ਇਹਨਾਂ ਨੇ ਬਹੁਤ ਸਾਰੀ, ਨਹੀਂ ਸਕਰੀਨ ਦੇ ਪਿੱਛੇ ਵਜਾਇਆ ਨਾ, ਹੁਣ ਸਕਰੀਨ ਦੇ ਅੱਗੇ ਵੀ ਆਏ ਨੇ। ਔਰ ਦੀਪੇਨ ਜੀ ਖੁਦ ਹਰ ਕਿਸਮ ਦਾ ਇੰਸਟਰੂਮੈਂਟ ਵਜਾ ਲੈਂਦੇ ਹੈ, ਮੈਂ ਸੁਣਨੇ ਮੈਂ ਆਇਆ ਸੂਤਰੋ ਸੇ ਪਤਾ ਚਲਾ ਹੈ, ਔਰ ਉਮੀਦ ਕਰਤੇ ਹੈ ਆਪ ਜਲਦੀ ਅੱਛੇ ਹੋ ਜਾਏ ਦੀਪੇਨ ਜੀ, ਔਰ ਇਹ ਵੀ ਬਹੁਤ ਜਲਦੀ ਮਾਈ ਟੀ ਵੀ 'ਤੇ ਆਉਣਗੇ। ਬਿਲਕੁਲ। ਆਜ਼ਿਮ ਗਿੱਲ ਕੇ ਲਿਖ ਰਹੇ ਉਸਤਾਦ ਜੀ ਗਿਟਾਰ ਸੁਣਾਓ ਥੋੜ੍ਹੀ, ਮੈਂ ਵੀ ਉਹੀ ਕਹਿ ਰਹੀ ਸੀ, ਹੋਰ ਕੀ ਕਹਿ ਰਹੀ ਸੀ? ਕੋਈ ਨਹੀਂ, ਪਹਿਲਾਂ ਰਬਾਬ ਸੁਣ ਲੈਂਦੇ ਹਾਂ, ਆਰਟਿਸਟ ਦੇ ਫਲੋ ਦੇ ਨਾਲ ਜਾਈਦਾ। ਜੋ ਆਰਟਿਸਟ ਦਾ ਮੂਡ ਹੈ ਉਸ ਟਾਈਮ ਉਹਨੂੰ ਸੁਣੀਦਾ। ਓਕੇ ਜਦ ਤੱਕ ਉਹ ਕਰਦੇ ਨੇ ਅਸੀਂ ਜਦ ਤੱਕ, ਪਹਿਲਾਂ ਇੰਸਟਰੂਮੈਂਟ ਇਹਨਾਂ ਦਾ ਸਾਜ਼ ਸੀ ਹੈ ਨਾ। ਮਿੰਟਾਂ ਮੈਂ ਸੁਰ ਕਰ ਦੇਣਾ, ਮੈਂ ਜਿਹੜੀ ਸਾਡੀ ਆਡੀਅੰਸ ਦੱਸਦਾ ਕਿ ਇਟਸ ਨਾਟ ਈਜ਼ੀ, ਮਿਊਜ਼ਿਕ ਬਹੁਤ ਮੁਸ਼ਕਿਲ ਚੀਜ਼ ਹੈ, ਔਰ ਇਹਨੂੰ ਸੁਰ ਕਰਕੇ ਵਜਾਉਣਾ ਉਹ ਵੀ ਬੜੀ ਮੁਸ਼ਕਿਲ ਚੀਜ਼ ਹੈ, ਕਿਉਂਕਿ ਇਹ ਪਹਿਲੀ ਗੱਲ ਤਾਂ ਉਹੀ ਸੁਰ ਲੱਭ ਸਕਦਾ ਜਿਹਨੂੰ ਪਤਾ, ਇੱਕੋ ਚੀਜ਼ ਨਹੀਂ ਵੱਜਦੀ ਸਹੀ ਤਰੀਕੇ ਨਾਲ।
ਇੰਨੇ ਸਾਰੇ ਇੰਸਟਰੂਮੈਂਟਸ ਨੂੰ ਵਜਾਣਾ ਯੂ ਨੋ ਸੋ ਹੈਡਸ ਆਫ ਜਿਹੜੇ ਆਰਟਿਸਟ ਕਰਦੇ ਨੇ ਵਰਸਟਾਈਲ ਜਿਹੜੇ ਆਰਟਿਸਟ ਔਰ ਗਾਣਾ ਫਿਰ ਉਹਦੇ ਵਿੱਚ ਇੰਪਰੋਵਾਈਜ਼ੇਸ਼ਨ ਕਰਨਾ ਵਿੱਚ ਮਾਈ ਟੀਵੀ ਵਿੱਚ ਐਡ ਕਰਨਾ ਉਹਨਾਂ ਨੇ ਦੱਸ ਵੀ ਦਿੱਤਾ ਕਿ ਰਿਦਮ ਵੱਧ ਗਿਆ ਹਾਂ ਲੈਟਸ ਸੀ पुरातन टाइम था वो रबाब रखे गमगीन इंद्रपाल जी की लिख रहे ने इंद्रपाल सिंह लिख रहे ने ये बात तो बड़ी ही गमगीन होगी आशिक का दिल ना टूटे तो इश्क की तोहीन होगी ओए होए एक और टूटा दिल लला आ गया साडे को नहीं रखो तो दिल जुड़े अरे भाई बड़ी खूबसूरत सर थोड़ी तो वाइब बहुत खूबसूरत है तुसी अब जी गल्ला लिख रहे विभा श्रीवास्तव हेलो मोनी जी कुलदीप जी विभा जी आप कहाँ थी आप तो गायब ही हो गई थी आई होप विभा जी कोविड में सब ठीक ठाक था वी वर मिसिंग यू वेलकम बैक विभा जी अच्छे लोगों की हमेशा जरूरत रहती अच्छे लोगों की हम तो पंजाबी च कहते थे उड़ीक करते थे आपके कमेंट्स की इंतजार चलो जी आज दे जड़े फनकार ने मल्टी इंस्ट्रूमेंटलिस्ट इंद्रपाल जी लिख रहे बबली इज ब्लशिंग कुलदीप मोनी जी थैंक यू विल सी यू गाइस अगेन होपफुली कोविड जावे और इंडिया अमेरिका दा वापस सारा सिलसिला शुरू होवे एंड यू बोथ आर वंडरफुल कपल चिंटू जी आर वी रेडी हां जी जी लेट्स हियर इट चप्पा चप्पा चल हाँ मैंने भी लग गया चप्पा चप्पा खूबसूरत आवाज निम कमली यार दी
यार दे कमने ने में कमने यार दे ओरे में कमली ने में कमली ओरे में कमली ने में कमली ने में कमले 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 कमलिया दे कमने ने में कमने यार दे जरूर चाहवांगे कि तुसी एक कोई सानू पीस कोई सिर्फ इंस्ट्रूमेंट एदा कुछ सुनाओ कुछ याद है एदा जस्ट इंस्ट्रूमेंट जस्ट फॉर फॉर वंस वन मिनट और सो मैं एक गल पूछना चाहूंगा चिंटू साहब तो पहला तुसी साज तो शुरू कीता इंस्ट्रूमेंट जड़ा कि मिडल ईस्ट है फिर रबाब भी उधर दे पासे दा ही है ते की खास लगाव है उस पासे या की चक्कर ਗਰੁੱਪ ਬਣ ਰਿਹਾ ਬਚਪਨ ਤੋਂ ਕਾਫੀ ਸ਼ੌਕ ਸੀ ਰਬਾਬ ਦਾ ਹਾਲਾਂਕਿ ਇੱਥੇ ਮਿਲਦਾ ਨਹੀਂ ਸੀ ਹਾਂਜੀ ਮਿਲਦਾ ਨਹੀਂ ਸੀ ਇੱਥੇ ਤੋ ਮੇਰਾ ਕੋਈ ਟੂਰ ਲੱਗਿਆ ਪਾਕਿਸਤਾਨ ਦਾ ਮੈਂ ਗਿਆ ਸੀ ICICR ਦੇ ਥਰੂ
ਕਿਸੇ ਸਿੰਗਰ ਨਾਲ, ਉੱਥੇ ਮੈਂ ਛੋਟਾ ਗਿਆ ਰਬਾਬ, ਤਾਂ ਮੈਨੂੰ ਪਤਾ ਨਹੀਂ ਸੀ ਕਿ ਛੋਟਾ ਕਿ ਵੱਡਾ ਕੀ ਹੈ, ਤਾਂ ਉਹਦੇ ਪਰ ਹੀ ਰਿਆਜ਼ ਕਰਦਾ ਰਿਹਾ ਮੈਂ ਕਾਫੀ, ਤਾਂ ਹਾਲਾਂਕਿ ਮੈਨੂੰ ਲਗਾਵ ਕਾਫੀ ਸੀ ਕਿ ਮੈਂ ਸੁੱਕੀ ਇਹਦੇ ਚ ਗਾਵਾਂ, ਕਿਉਂਕਿ ਫੋਕ ਇੰਸਟਰੂਮੈਂਟ ਹੈ ਜੀ, ਤਾਂ ਮੇਰੇ ਉਸ ਤੋਂ ਪਹਿਲਾਂ ਕਿਹਾ ਕਿ ਮੇਰੀ ਵੋਇਸ ਨਾਲ ਮੈਚ ਕਰਦਾ ਹੈ। ਨਹੀਂ ਨਹੀਂ ਬਹੁਤ ਖੂਬਸੂਰਤ ਸਰ, ਰਬਾਬ ਦੇ ਸਾਡੇ ਲਈ ਗੁਰੂ ਨਾਨਕ ਦੇਵ ਜੀ ਦੇ, ਥੋੜਾ ਬਜਾਣਾ, ਕਿਉਂਕਿ ਇਹਦਾ ਥੋੜਾ ਬਜਾਣਾ ਮੁਸ਼ਕਿਲ ਹੋ ਜਾਂਦਾ ਇਹਦੇ ਨਾਲ ਜੀ, ਇਹਦੇ ਨਾਲ ਥੋੜਾ ਬਜਾਣਾ ਗਾ ਬਜਾ ਕੇ ਗਾਣਾ ਹਾਰਮੋਨੀਅਮ ਨਾਲ ਕੀ ਹਾਂ ਮੁਸ਼ਕਿਲ ਹੈ, ਹਾਂ ਹਾਰਮੋਨੀਅਮ ਨਾਲ ਤੁਸੀਂ ਕੋਰਡ ਪਕੜ ਸਕਦੇ ਹੋ, ਇਹਦੇ ਨਾਲ ਕਿ ਹਰ ਨੋਟ ਤੁਹਾਨੂੰ ਐਡ ਕਰਨਾ ਪੈਂਦਾ, ਹਰ ਕਦੀ ਕੀ ਹੁੰਦਾ ਤਾਂ ਉੱਤੇ ਜਾਂਦੀ ਤਾਰ ਉਤਰਦੀ ਕਦੀ, ਉਹ ਤੁਹਾਨੂੰ ਰਾਈਟ ਨੋਟ ਉੱਥੇ ਮਿਲਣਾ, ਤੁਸੀਂ ਰਾਈਟ ਨੋਟ ਮਿਲੇਗਾ ਤੁਸੀਂ ਗਾ ਪਾਓਗੇ, ਫਿਰ ਵਾਹ ਫਰਾਂਸ ਸਾਹਿਬ ਮੁਸ਼ਕਿਲ ਹੁੰਦੇ ਜਵਾਬ ਨਾਲ ਗਾਣਾ ਮਤਲਬ। ਬਿਲਕੁਲ ਸਹੀ, ਤੇ ਮੈਨੂੰ ਇਹ ਦੱਸੋ ਤਾਂ ਹੀ ਮੈਂ ਪੁੱਛਿਆ ਸੀ ਕਿ ਕੋਈ ਐਸਾ ਕੋਈ ਸੌਂਗ, ਐਸਾ ਕੋਈ ਰਾਗ ਹੈ ਜਿਹੜਾ ਕਿ ਸਿਰਫ 1 ਮਿੰਟ ਤੁਸੀਂ ਰਬਾਬ ਹੀ ਵਜਾਓ? ਚੱਪਾ ਚੱਪਾ ਚਰਖਾ ਚਲੇ, ਨਹੀਂ ਨਹੀਂ ਹੁੰਦੀ ਵੈਸੇ ਬੰਬਈਆ ਜਿਹੜਾ ਹੁੰਦਾ ਨਾ, ਅਜੀਬ ਹੀ ਚੋਇਸ ਹੁੰਦੀ। ਟਿਊਨਿੰਗ ਕਰਨੀ ਪੈਂਦੀ ਹੈ। ਅੱਛਾ ਠੀਕ ਹੈ, ਜਿਵੇਂ ਟਿਊਨ ਹੈ। ਅਤੇ ਹੁਣ ਇਹ ਦੱਸੋ ਸਰ ਕਿ ਆਉਣ ਵਾਲੇ ਮੈਂ ਹੋਰ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ, ਹੋਰ ਤੁਸੀਂ ਕੀ ਕਰਨਾ ਚਾਹੁੰਦੇ ਹੋ? ਇੰਸਟਰੂਮੈਂਟ ਤਾਂ ਤੁਸੀਂ ਸਾਰੇ ਵਜਾਤੇ ਨੇ, ਹੁਣ ਕੁਛ ਰਿਹਾ ਹੀ ਨਹੀਂ, ਕੀ ਕੀ ਕਰਨਾ ਆਉਣ ਵਾਲਾ ਕੀ ਪ੍ਰੋਜੈਕਟ ਹੈਗਾ? ਨਹੀਂ ਕੁਛ, ਇੱਕ ਹੁਣ ਫਿਲਮ ਆ ਰਹੀ ਹੈ ਗੁਜ਼ਾਰਿਸ਼ ਕਰਕੇ, ਨੈਟਫਲਿਕਸ ਵਿੱਚ ਆਈ, ਥੋੜ੍ਹੀ ਸੋ ਇੱਕ ਪ੍ਰੋਡਿਊਸਰ ਹੈਗਾ, ਉਹ ਨਾਮ ਮੈਂ ਬਾਅਦ ਤੋਂ ਦੱਸਾਂਗਾ, ਕਿ ਉਹਨਾਂ ਨੇ ਮੈਨੂੰ ਕਿਹਾ ਕਿ ਉਹਦੇ ਮੈਨੂੰ ਪ੍ਰੋਡਕਟ ਕਰੇਂਗੇ, ਉਹਦੇ 'ਚ ਮੈਨੂੰ ਜਾਂਦੇ ਹੋ ਗਾਉਂਦੇ ਹੋ ਦਿਖਾਉਂਗੇ। ਅਰੇ ਵਾਹ ਕੀ ਬਾਤ, ਦੈਟਸ ਗੁੱਡ। ਜਿਸ ਤਰ੍ਹਾਂ ਤੋਰਬਾਸ ਸੀ, ਪੰਨਾਵਤੀ ਸੀ, ਐਸੀ ਦੋ ਤਿੰਨ ਪਿਕਚਰਾਂ ਹੋਰ ਸੀ ਜਿੱਥੇ ਪ੍ਰੋਡਿਊਸਰ ਨੇ ਮੈਨੂੰ ਕਿਹਾ ਸੀ ਕਿ ਤੂੰ ਤੁਹਾਨੂੰ ਦਿਖਾ ਰਿਹਾ ਸੀ ਉੱਥੇ, ਹਾਲਾਂਕਿ ਮੈਨੂੰ ਪ੍ਰੋਡਿਊਸਰ ਨੇ ਖੁਦ ਕਿਹਾ ਕਿ ਅਸੀਂ ਇੱਕ ਦਿਨ ਸਟੂਡੀਓ ਜਾਂ ਸ਼ੂਟਿੰਗ ਜਿਹੜੀ ਸੀ ਅਸੀਂ ਇੱਕ ਦਿਨ ਰੋਕੀ ਹੈ ਤੁਹਾਡੇ ਵਾਸਤੇ, ਤੇਰੇ ਚਾਹੁੰਦੇ ਕਿ ਤੁਸੀਂ ਤੋਰਬਾਸ ਸੀ, ਉਹਦਾ ਵੀ ਇਹ ਚੱਕਰ ਸੀ, ਵੇਟ ਕੀਤੀ ਉਹਨਾਂ ਨੇ ਮੇਰੀ। ਸਰ ਦੇਖੋ, ਇੰਨਾ ਖੂਬਸੂਰਤ ਤੁਹਾਡਾ ਇੰਸਟਰੂਮੈਂਟ ਹੈ, ਇੰਨਾ ਖੂਬਸੂਰਤ ਤੁਸੀਂ ਵਜਾਉਂਦੇ ਹੋ, ਉਹਨੂੰ ਫਿਲਮ 'ਚ ਦਿਖਾਉਣ ਲਈ ਵੀ ਕੋਈ ਪਰਸਨੈਲਿਟੀ ਬੰਦਾ ਹੋਣਾ ਚਾਹੀਦਾ ਸੀਗਾ, ਉਹਨਾਂ ਨੇ ਪੈਸੇ ਬਚਾਏ ਨੇ ਸਰ ਤੁਹਾਨੂੰ ਵਿੱਚ ਲਿਆ ਕੇ, ਸਿੱਧਾ ਤੁਹਾਨੂੰ ਹੀ ਵਿੱਚ ਵਾੜਦਾ ਹੋਣਾ। ਮੈਂ ਵੀ ਤੁਹਾਨੂੰ ਪੁੱਛਣ ਲੱਗਿਆ ਸੀ, ਤੁਸੀਂ ਤੇ ਫਿਲਮਾਂ ਫੁਲਮਾਂ ਮਿਲਣੀਆਂ ਚਾਹੀਦੀਆਂ ਸੀ ਤੁਹਾਨੂੰ। ਤੁਹਾਨੂੰ ਦੱਸਾਂ, ਮੇਰੇ ਦੋਸਤ ਹੈਗੇ ਨੇ ਹਰਪ੍ਰੀਤ ਬੱਚਰ ਜੀ, ਬਹੁਤ ਫੋਟੋਗ੍ਰਾਫਰ ਨੇ, ਬਹੁਤ ਇੰਟਰਨੈਸ਼ਨਲ ਪਰਸਨ ਨੇ, ਉਹਨਾਂ ਨੇ ਗਲਤੀ ਕੀਤੀ ਸੀ ਮੈਂ ਕਿਹਾ ਕਿ ਮੇਰਾ ਇੱਕ ਮੈਂ ਬਣਾ ਰਿਹਾ ਸ਼ੋਰਟ ਫਿਲਮ, ਮੈਂ ਚਾਹੁੰਦਾ ਤੂੰ ਉਹਦੇ 'ਚ ਐਕਟਿੰਗ ਕਰੇ, ਅੱਛਾ ਮੈਂ ਤਾਂ ਰਿਹਰਸਲ ਕਰੀ ਗਿਆ ਸੀ, ਤਾਂ ਉਹਨਾਂ ਜਦ ਦੇਖਿਆ ਮੈਨੂੰ ਬੋਲਦਾ ਦਿਸ ਇਜ਼ ਦ ਐਂਡ ਆਫ ਐਕਟਿੰਗ ਆਈ ਥਿੰਕ ਸੋ। ਅੱਛਾ ਉਸ ਤੋਂ ਬਾਅਦ ਫਿਰ ਕੋਸ਼ਿਸ਼, ਇਹਦੇ ਬਾਅਦ ਮੈਂ ਸ਼ਾਇਦ ਪਿਕਚਰ ਨਹੀਂ ਬਣਾਵਾਂਗਾ, ਸ਼ਾਇਦ ਕੋਈ ਪਿਕਚਰ ਜਾਂ ਡਾਕੂਮੈਂਟਰੀ ਫਿਲਮ ਨਹੀਂ ਬਣਾਵਾਂਗਾ, ਉਸੇ ਮੈਂ ਬਣਾਈ ਵੀ ਨਹੀਂ ਉਹਦੇ ਬਾਅਦ। ਵਾਹ ਜੀ ਵਾਹ, ਕੀ ਬਾਤ ਹੈ। ਵੈਲ ਤੇ ਚਿੰਟੂ ਜੀ, ਤੁਸੀਂ ਵੈਸੇ ਕਿਸੇ ਨੂੰ ਸਿਖਾ ਵੀ ਰਹੇ ਹੋ ਮਿਊਜ਼ਿਕ? ਸਿਖਾ ਦੇ ਨੇ ਨਾ ਪਿੱਛੇ ਬੈਠੇ, ਤਾਂ ਹੀ ਤਾਂ ਪੁੱਛ ਰਹੀ ਹਾਂ, ਸਿਖਾਉਂਦੇ ਵੀ ਹੋ? ਹੋਰ ਕਿੰਨੇ? ਚੱਕਰ ਕੀ ਹੈਗਾ ਕਿ ਮੇਰੇ ਦੋ ਤਿੰਨ ਸਟੂਡੈਂਟਸ ਹੈਗੇ ਨੇ, ਇੱਕ ਤਾਂ ਰਾਘਵ ਹੈ, ਰਾਜੇਸ਼ ਨਾ ਹੈ, ਰਾਜੇਸ਼। ਹਾਂ ਅੱਛਾ, ਮੈਨੂੰ ਪਤਾ ਕਿ ਉਹ ਮੇਰੇ ਕੋਲ ਆਉਣ ਵਾਲਾ ਹੈ ਸਿੱਖਣ ਵਾਸਤੇ, ਤੇ ਮੈਂ ਰਿਆਜ਼ ਥੋੜ੍ਹਾ ਰਿਆਜ਼ ਕਰਨਾ ਸ਼ੁਰੂ ਕਰਨਾ, ਮੈਂ ਤੇਰੇ ਸ਼ਗਿਰਦ ਬਤਾਉਣਾ ਹੈ, ਦੱਸਦਾ ਕਿ ਵਜਾਉਣਾ ਕੀ ਹੈ ਮੈਂ। ਉਹ ਕੀ ਹੁੰਦਾ, ਜਦੋਂ ਤੱਕ ਘਰ ਪਹੁੰਚਦਾ ਉਦੋਂ ਤੱਕ ਉਹ ਯੂਟਿਊਬ 'ਚ ਉਹਦਾ ਗਾਣਾ, ਉਹ ਜੋ ਸਿਖਾਉਣਾ ਉਹਨੂੰ ਮੈਂ, ਉਹ ਯੂਟਿਊਬ 'ਚ ਆ ਜਾਂਦਾ ਉਹਦਾ, ਉਹ ਜਾ ਜਾਂਦਾ ਜਾ ਕੇ, ਹੋਰ ਮੈਂ ਰਿਆਜ਼ ਹੀ ਕਰਦਾ ਰਹਿੰਦਾ ਘਰ। ਨਹੀਂ ਉਹਨੂੰ ਪਰ ਕਿਆ ਕਰੋ, ਕ੍ਰੈਡਿਟ ਦਿਆ ਕਰੇ, ਲਾਈਫ ਫਾਸਟ ਹੋ ਗਿਆ ਨਾ। ਹਾਂ ਕਿ ਮਤਲਬ ਰਿਆਜ਼ ਤਾਂ ਗੁਰੂ ਹੀ ਕਰ ਰਿਹਾ ਅੱਜ ਕੱਲ੍ਹ, ਗੁਰੂ ਹੀ ਰਿਆਜ਼ ਕਰ ਰਿਹਾ, ਤੂੰ ਘਰ ਪਹੁੰਚ ਸ਼ਗਿਰ ਜੇ ਰਿਹਾ, ਉਹ ਯੂਟਿਊਬ 'ਚ ਉਹ ਪੀਸ ਵਜਾ ਕੇ ਇੱਕ ਮਿੰਟ ਪਾ ਜਾਂਦਾ ਸਰ। ਇੰਨਾ ਫਾਸਟ ਇੰਨਾ ਸੋਚੋ ਕਿ ਬਹੁਤ ਅੱਛਾ ਸ਼ਗਿਰਦ ਹੈ, ਕਈ ਸ਼ਗਿਰਦ ਕੀ ਕਰਦੇ ਨੇ ਪਿੱਛੇ ਗੁਰੂ ਵਜਾ ਰਿਹਾ, ਫੋਟੋ ਆਪ ਅੱਗੇ ਨਕਲੀ ਲੈ ਕੇ ਬੈਠੇ ਹੋਏ ਨੇ ਅੱਜ ਗਿਟਾਰ। ਨਹੀਂ ਪਰ ਉਹਨੂੰ ਇਹ ਜ਼ਰੂਰ ਕਹਿ ਸਕਦੇ ਹੋ ਕਿ ਐਟਲੀਸਟ ਤੁਹਾਨੂੰ ਕ੍ਰੈਡਿਟ ਦੇਵੇ ਕਿ ਲਰਨਡ ਬਾਏ ਯੂ ਨੋ ਚਿੰਟੂ ਸਿੰਘ ਜੀ ਔਰ ਸਮਥਿੰਗ, ਸੋ ਕ੍ਰੈਡਿਟ ਕ੍ਰੈਡਿਟ ਪਾ ਸਕਦਾ ਐਟਲੀਸਟ। ਕ੍ਰੈਡਿਟ ਨਾ ਪਾ ਤੇ ਅੱਛਾ, ਤਾਂ ਹੀ ਪਿੱਛੋਂ ਹਾਸਾ ਆਇਆ। ਮੈਂ ਪਹਿਲਾਂ ਉਹਨੂੰ ਕਹਿ ਦਿੰਦਾ ਮੈਂ ਕਿ ਤੁਸੀਂ ਫਿਰ ਨਾ ਨਾ ਪਾਣਾ ਕਰਾ ਖਾਲੀ, ਬਸ ਮੇਰੇ ਫੋਟੋ ਨਾਲ ਜਿਹੜੀ ਫੋਟੋ ਹੈ ਨਾ ਉਹ ਨਾ, ਕਿਉਂਕਿ ਉਸ ਟਾਈਪ ਦੇ ਚਾਹਤ ਮੈਨੂੰ ਹੋਰ ਆ ਜਾਂਦੇ ਨੇ ਫਿਰ। ਹਾਂ ਅੱਛਾ ਅੱਛਾ, ਅਰੇ ਵਾਹ ਵਾਹ ਕੀ ਬਾਤ ਹੈ, ਇਹ ਵੀ ਨਵੀਂ ਚੀਜ਼। ਜਿਹਨਾਂ ਨੂੰ ਮੈਂ ਸਿਖਾਉਂਦਾ ਉਹ ਮੇਰੇ ਸ਼ੋਜ਼ ਨਾਲ ਵਜਾਉਂਦੇ ਨੇ, ਉਹ ਅੱਛੇ ਨੇ ਵਜਾਉਂਦੇ ਨੇ ਜਿਹੜੇ, ਪਰ ਜਿਹੜੇ ਕਦੇ ਡਾਕਟਰ ਦਾ ਮੁੰਡਾ ਹੋ ਗਿਆ ਜਿਹਨਾਂ ਨੂੰ ਤੁਸੀਂ ਮਨਾ ਨਹੀਂ ਕਰ ਸਕਦੇ, ਤੋ ਜਿਹਨਾਂ ਨੂੰ ਗਿਟਾਰ ਲੈ ਕੇ ਆਉਂਦੇ ਨੇ ਪਰ ਬੋਲਦੇ ਨੇ ਸਾਨੂੰ ਚੁਰਾ ਲਿਆ ਸੁਣਨਾ ਹੈ ਵਜਾਉਣਾ ਹੈ ਪਹਿਲਾਂ, ਬਹੁਤ ਮੁਸ਼ਕਿਲ ਹੋ ਜਾਂਦਾ ਸੁਣਾਉਣਾ, ਫਿਰ ਕੁਛ ਫਿਰ ਉਹਦੇ ਬਾਅਦ ਆਉਂਦੇ ਨਹੀਂ ਫਿਰ। ਉਹ ਤਾਂ ਹੈ, ਉਹ ਤਾਂ ਹੈ,
ਜਿਹੜਾ ਪਹਿਲਾਂ ਹੀ ਸੁਣ ਲਿਆ ਚੁਰਾ ਲਿਆ ਉਹਨੇ ਕਿੱਥੋਂ ਆਉਣਾ, ਮੈਨੂੰ ਇੱਕ ਗੱਲ ਦੱਸੋ, ਉਹ ਤਾਂ ਆਪ ਚੁਰਾ ਕੇ ਨਿਕਲ ਗਿਆ। ਬਿਲਕੁਲ ਸਹੀ ਹੈ। ਤੇ ਵੈਸੇ ਮੈਂ ਲਾਸਟ ਤੋਂ ਜੀ ਹਾਂਜੀ ਕੀ ਕਹਿ ਰਹੇ ਲਾਸਟ ਕੀ ਇੱਕ ਲਾਸਟ ਤੁਹਾਨੂੰ ਸੁਣਾਉਂ, ਪਾੜੀ ਤੇ ਪਾੜੀ ਸੁਣਾਵਾਂ ਮੈਂ ਤੁਹਾਨੂੰ ਜਾ 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 ਜ਼ਰੂਰ ਲਾਸਟ ਸਰ ਪਲੀਜ਼ ਕਿਉਂ ਨਹੀਂ ਜਿਵੇਂ ਤੁਹਾਡਾ ਦਿਲ ਕਰਦਾ। ਲਓ ਜੀ ਜਦ ਤੱਕ ਇਹ ਲੋਕ ਸੁਰ ਕਰਦੇ ਨੇ ਮਿੰਟਾਂ ਨੂੰ ਪੜ੍ਹਨਾ। ਕੁਲਦੀਪ ਇੰਦਰਪਾਲ ਸਿੰਘ ਜੀ ਬਣਾ ਬੰਬਈਆਂ ਦੀ ਚੁਆਇਸ, ਮੋਨੀ ਗਿੱਲ ਹੈ ਕੀ ਬਾਤ ਹੈ, ਬੰਬਈਆਂ ਬੰਬਈਆਂ ਲਿਖਿਆ ਤਾਂ ਇਹ ਤੇ ਕਰੈਕਸ਼ਨ ਚੁਆਇਸ ਮੋਨੀ ਗਿੱਲ ਹੈ ਜੀ। ਵਿਭਾ ਜੀ ਲਿਖ ਰਹੇ ਹਾਂ 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 ਸੁਪਰ ਐਂਡ ਬਹੁਤ ਸਾਰੇ ਕਲੈਪਸ ਦਿਖ ਰਹੇ ਹੈ। ਵਿਭਾ ਜੀ ਨੇ ਕਿਹਾ ਲਿਖਿਆ ਆਵਾਜ਼ ਵਟ
सर मैनू तुहाडे हाथ जो बोलदे ने ना चिंटू जी बहुत सुरीले ऐसे ऐसे सुर ने जिहड़े कि असीं इमेजिन कर सकदे हां कि गले च किस तरह दे आंदे होणगे। तुहाडा हाथ बहुत 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 सुरीला और मैं चाहुंदी हां कि तुसीं ज़्यादा बहुत बहुत शुक्रिया और बहुत अच्छा लग्या तुसीं माई टीवी ते आए हो और अगर कोई कोई भुल चुक होई होए तो माफी चाहवांगे। भुल चुक होई माफी चाहने सर, लेकिन तुहाडे पिता जी नूं साडा प्लीज प्रणाम जरूर देना ते फिर मुलाकात करांगे इस नोट ते। ओके ओके सत श्री अकाल। सो ए सीके जी वन ऑफ द बेस्ट गिटारिस्ट और म्यूजिशियन और जेडी भी इन्होंने आज गलबात कीती है इंसान सारी जिंदगी सीखता रहता है। Exactly. लेकिन जो इन्हां दे कोल है वो किसी कोल नहीं हैगा, वो किसी कोल भी नहीं हैगा और इस चीज़ दे महारथी ने लगता कि इन्हां दा नाम जिस फील्ड च हैगा ना रहेगा खत्म करने लेकिन ਜਿਹੜੇ ਨੈਕਸਟ ਫਨਕਾਰ ਸਾਨੂੰ ਜੁਆਇਨ ਕਰ ਰਹੇ ਨੇ ਨੈਕਸਟ ਉਹਨਾਂ ਨਾਲ ਤੁਹਾਨੂੰ ਰੂਬਰੂ ਕਰ ਦਈਏ। ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ। ਗੁਲਸ਼ਨ ਜਹਾਂ ਜੀ ਸਾਨੂੰ ਜੁਆਇਨ ਕਰ ਰਹੇ ਨੇ ਫੈਬਰੀ 7th 11 AM ਕੁਲਦੀਪ 11 AM US ਈਸਟਰਨ ਟਾਈਮ 9 PM ਪਾਕਿਸਤਾਨ ਟਾਈਮ 9:30 PM ਇੰਡੀਆ ਟਾਈਮ ਔਰ ਇਹ ਅਗਲੇ ਫਨਕਾਰ ਨੇ ਔਰ ਅਗਲੀ ਸੁਰਾਂ ਦੀ ਜਰਨੀ ਇਹਨਾਂ ਨਾਲ ਇਹਨਾਂ ਦੇ ਨਾਮ ਤੋਂ ਹੀ ਅੱਧੀ ਚੀਜ਼ਾਂ ਪਤਾ ਚੱਲ ਜਾਣੀਆਂ ਚਾਹੀਦੀਆਂ ਨੇ। ਗੁਲਸ਼ਨ ਜਹਾਂ ਮਤਲਬ ਕਿ ਇਹ ਇਹਨਾਂ ਦੀ ਜਿਹੜੀ ਵੋਇਸ ਹੈਗੀ ਹੈ ਉਹ ਤੁਹਾਨੂੰ ਰਿਜ਼ੈਂਬਲਿੰਗ ਕਰਾਏਗੀ ਮੈਡਮ ਨੂਰ ਜਹਾਂ ਦੀ, ਵਨ ਆਫ ਦੀ ਫਾਈਨੈਸਟ ਸਿੰਗਰ ਆਪਣੇ ਟਾਈਮ ਦੇ। ਹਲੇ ਵੀ ਉਹਨਾਂ ਦਾ ਨਾਮ ਤਾਂ ਹਮੇਸ਼ਾ ਹੀ ਰਹੇਗਾ ਨੂਰ ਜਹਾਂ ਜੀ ਦਾ। ਔਰ ਇਹਨਾਂ ਦੀ ਖਾਸੀਅਤ ਇਹ ਕਿ ਇਹ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ ਔਰ ਰੇਸ਼ਮਾ ਜੀ ਦੇ ਫੈਮਿਲੀ 'ਚੋਂ ਨੇ। ਰੇਸ਼ਮਾ ਜੀ ਦੀ ਫੈਮਿਲੀ 'ਚੋਂ ਦੋ ਜਣੇ ਸਾਡੇ ਕੋਲ ਆ ਚੁੱਕੇ ਨੇ, ਇੱਕ ਇਹ ਖੁਦ ਔਰ ਇੱਕ ਸਾਡੇ ਗੁਲਾਮ ਅਬਾਸ ਅਤੇ ਉਹ ਸਾਡੇ ਟੀ ਵੀ 'ਤੇ ਆਏ ਸੀਗੇ ਔਰ ਇਹਨਾਂ ਦੇ ਕਜ਼ਨ ਵੀ ਨੇ ਕਿਉਂਕਿ ਆਫਕੋਰਸ ਦੇ ਆਰ ਸੇਮ ਫੈਮਿਲੀ। ਅਤੇ ਰੇਸ਼ਮਾ ਜੀ ਦੀ ਆਵਾਜ਼ ਦੀ ਇਹਨਾਂ 'ਚ ਖੁਸ਼ਬੂ ਆਏਗੀ, ਉਸ ਤੋਂ ਬਾਅਦ ਨੂਰ ਜਹਾਂ ਜੀ ਦੀ ਇਹਨਾਂ ਦੀ ਆਵਾਜ਼ 'ਚ ਖੁਸ਼ਬੂ ਆਏਗੀ। ਬਹੁਤ ਹੀ ਕਲਾਸੀਕਲੀ ਟ੍ਰੇਨਡ ਫੋਕ ਸਿੰਗਰ ਨੇ, ਨਹੀਂ ਤਾਂ ਫੋਕ ਅਲੱਗ ਚੀਜ਼ ਹੈ ਕਲਾਸੀਕਲ ਅਲੱਗ ਚੀਜ਼ ਹੈ, ਲੇਕਿਨ ਅਗਰ ਇਹਨਾਂ ਨੂੰ ਕੰਬਾਈਨ ਕਰ ਦਿੱਤਾ ਜਾਵੇ ਤਾਂ ਇੱਕ ਬਹੁਤ ਹੀ ਖੂਬਸੂਰਤ ਕਿਸਮ ਦਾ ਮਿਊਜ਼ਿਕ ਬਾਹਰ ਆਉਂਦਾ ਹੈ ਕਿਉਂਕਿ ਦੋਨਾਂ ਦੀ ਆਪਣੀ ਆਪਣੀ ਖੁਸ਼ਬੂ ਹੈ। ਅਤੇ ਅਸੀਂ ਇਸੇ ਨੋਟ 'ਤੇ ਅੱਜ ਦਾ ਸ਼ੋਅ ਸਮਾਪਤੀ ਕਰਦੇ ਹਾਂ ਔਰ ਜਿਹੜੇ ਸਾਨੂੰ ਵਾਪਸ ਮਾਈ ਟੀ ਵੀ 'ਤੇ ਜੁਆਇਨ ਕੀਤੇ ਨੇ ਥੈਂਕ ਯੂ ਸੋ ਮੱਚ ਈਚ ਐਂਡ ਐਵਰੀ ਵਨ ਜਿਨ੍ਹਾਂ ਨੇ ਸਾਨੂੰ ਕਮੈਂਟ ਲਿਖੇ ਨੇ। ਅਗਰ ਤੁਸੀਂ ਸਾਡੇ ਚੈਨਲ ਔਰ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰੋ ਔਰ ਅਗੇਨ ਅਸੀਂ ਚਾਹਵਾਂਗੇ, ਅਸੀਂ ਡਿਸਹਾਰਟਨ ਕਿਸੇ ਨੂੰ ਨਹੀਂ ਕਰਨਾ ਚਾਹ ਰਹੇ, ਮਾਫੀ ਚਾਹਵਾਂਗੇ ਅਗਰ ਡਿਸਹਾਰਟਨ ਹੋਇਓ ਅਤੇ, ਲੇਕਿਨ ਸਿਰਫ ਔਰ ਸਿਰਫ ਮਿਊਜ਼ਿਕ ਲਵਰਾਂ 'ਤੇ ਚਾਹੁੰਦੇ ਹਾਂ ਕਿ ਹੋਰ ਅੱਛਾ ਇੱਕ ਗ੍ਰੇਡ ਆਉਂਦਾ ਨਾ ਕਿ ਹੋਰ ਅੱਛਾ ਸੁਣੀਏ ਹੋਰ ਅੱਛਾ ਲਈਏ ਹੋਰ ਕੀ ਹੋ ਸਕਦਾ ਹੈ, ਕਿਉਂਕਿ ਮਿਊਜ਼ਿਕ ਐਂਡਲੈਸ ਹੈ ਔਰ ਅਗਰ ਜੇ ਤੁਹਾਡੇ 'ਚ ਉਹ ਕੇਪੇਬਿਲਿਟੀ ਹੈ ਤਾਂ ਤੁਸੀਂ ਫਿਰ ਸੋਚਦੇ ਹੋ ਕਿ ਵਾਈ ਨਾਟ ਟਰਾਈ ਮੋਰ। ਸੋ ਸਿਰਫ ਇਸੇ ਕਰਕੇ ਅਗਰ ਕਿਸੇ ਨੂੰ ਕੋਈ ਡਿਸਹਾਰਟਨ ਲੱਗਿਆ ਹੋਇਆ ਤਾਂ ਮਾਫੀ ਚਾਹਵਾਂਗੇ ਅਗੇਨ ਸੋਰੀ।
और मिलते हाँ फिर February 7th नूं, ठीक है जी, ठीक है जी, गुलशन जहां जी नाल। हुण जाते जाते क्या करना है मिस्टर गिल? एडवर्टाइजमेंट। यस, टाइम हो गया एडवर्टाइजिंग का। सो मेरे वालों मोनी गिल वालों सत श्री अकाल, रब रखा, मिलते हाँ February 7th नूं। Ramji is in the USA. Virginia offers reliable and practical astrology solutions to all of life's problems. Confidentiality promise. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.